ਜਸਤੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ ਟੂ ਦਾ ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਕਾਂਗਰਸ ਦੇ ਦੋ ਵਿਧਾਇਕ ਫਤੇਜੰਗ ਸਿੰਘ ਬਾਜਵਾ ਤੇ ਰਕੇਸ਼ ਪਾਂਡੇ ਉਹਨਾਂ ਦੇ ਦੋ ਫਰਜੰਤ ਇੱਕ ਅਰਜੁਨ ਬਾਜਵਾ ਤੇ ਇੱਕ ਪੀਸ਼ਮ ਪਾਂਡੇ ਅਰਜੁਨ ਨੇ ਫੈਸਲਾ ਕਰ ਲਿਆ ਨੌਕਰੀ ਛੱਡਣ ਵਾਲਾ ਤੀਰ ਛੱਡ ਦਿੱਤਾ ਪੀਸ਼ਮ ਨੇ ਹਜੇ ਫੈਸਲਾ ਨਹੀਂ ਕੀਤਾ ਪਤਾ ਨਹੀਂ ਕਦੋਂ ਫੈਸਲਾ ਹੋਊਗਾ ਜੇ ਫੈਸਲਾ ਹੁੰਦਾ ਵੀ ਹੈ ਇਹ ਡਿਬੇਟ ਚੱਲਦਿਆਂ ਵੀ ਹੋ ਸਕਦਾ ਹੈ ਹੋ ਸਕਦਾ ਨਾ ਵੀ ਹੋਵੇ ਪਰ ਹੋ ਸਕਦਾ ਹੈ ਕੇ ਹੋ ਜਾਵੇ ਪਰ ਇਹ ਸਭ ਦੇ ਵਿਚਾਲੇ ਅਰਜੁਨ ਬਾਜਵਾ ਨੇ ਜੋ ਨੌਕਰੀ ਛੱਡੀ ਤਾਂ ਉਹਨਾਂ ਦੇ ਪਿਤਾ ਨੇ ਤੇ ਅਰਜੁਨ ਬਾਜਵਾ ਨੇ ਬਹੁਤ ਵੱਡੇ ਇਲਜ਼ਾਮ ਲਗਾਏ ਉਹਨਾਂ ਨੇ ਸਿੱਧਾ ਸਿੱਧਾ ਕਾਂਗਰਸੀਆਂ ਨੂੰ ਚੈਲੰਜ ਕਰ ਦਿੱਤਾ ਭਾਈ ਭਤੀਜਾਵਾਦ ਦੇ ਇਲਜ਼ਾਮ ਲੱਗੇ ਤੇ ਇਹ ਕਿਹਾ ਕਿ ਕੈਪਟਨ ਮਰਿੰਦ ਸਿੰਘ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਬਾਜਵਾ ਪਰਿਵਾਰ ਦੇ ਸਹਾਰੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਾਰੇ ਸਵਾਲ ਉੱਠਦੇ ਆ ਤੇ ਇਹਨਾਂ ਸਵਾਲਾਂ ਦੇ ਵਿਚਾਲੇ ਸੁਨੀਲ ਜਾਖੜ ਹਰਾ ਤੇ ਵੀ ਸਵਾਲ ਹੈ ਹੋਰ ਵੀ ਇਹਨਾਂ ਦੇ ਆਖੂ ਆ ਜਿਹੜੇ ਉਹਨਾਂ ਤੇ ਵੀ ਸਵਾਲ ਹੈ ਤੇ ਵਿਰੋਧੀ ਕਹਿ ਰਿਹਾ ਕਿ ਕਾਂਗਰਸੇ ਨਾਟਕ ਕਰਦੀ ਪਈ ਹੈ ਕਾਂਗਰਸ ਦਾ ਨੌਕਰੀ ਵਾਲਾ ਨਾਟਕ ਡਾਇਰੈਕਟਰ ਕੌਣ ਅਰਜੁਨ ਤੇ ਪੀਸੰਦਾ ਮਾਮਲਾ ਤੇ ਮਾਂ ਭਾਰਤਾ ਜਿਹੜਾ ਕਾਂਗਰਸ ਵਿੱਚ ਛਿੜੀ ਹੋਈ ਹੈ ਤੇ ਇਸ ਮਹਾ ਭਾਰਤ ਦੇ ਵਿਚਾਲੇ ਹੁਣ ਕਾਂਗਰਸ ਕਰੂਗੀ ਕੀ ਦਿੱਲੀ ਤੋਂ ਪੰਜਾਬ ਤੱਕ ਕਾਂਗਰਸ ਫਸੀ ਹੋਈ ਹੈ ਤੇ ਬਿਆਨਬਾਜ਼ੀ ਕੀ ਹੋ ਰਹੀ ਹੈ ਪਹਿਲਾਂ ਉਹ ਸੁਣੋ रावत रावत साहब अगर पचानवे परसेंट हो गए तो नवजोत सिंह तोड़ा जा सकता ड्रग्स वाला मामला जो है परसेंटेज में नहीं तोड़ा जा सकता चीजों की उसके हिसाब से देखना पड़ता है सर एमएलए के बच्चों को नौकरियां दी जा रही है मैंने कहा उसमें ਮੈਂ ਮੈਂ ਬਹੁਤ ਆਭਾਰੀ ਹੂੰ ਧੂਮੀ ਪਰਿਵਾਰੋਂ ਕਾ ਪਾਡੇ ਪਰਿਵਾਰ ਕਾ ਵੀ ਬਾਜਵਾ ਪਰਿਵਾਰ ਕਾ ਵੀ ਇਹਨੂੰ ਨੇ ਕਹਾ ਹੈ ਇਹਨੂੰ ਨੇ ਵੀ ਥੈਂਕਸ ਸਰਕਾਰ ਤੋਂ ਕਿਰਿਆ ਕਰਨ ਦਾ ਫੈਸਲਾ ਲਿਆ ਹੈ ਕਿ ਹਮ ਜਿਹੜੀ ਗੱਲ ਸਹੀ ਨਹੀਂ ਉਹਨੂੰ ਸਹੀ ਨਹੀਂ ਕਿਹਾ ਜਾ ਸਕਦਾ ਚੰਦ ਗਲਤ ਲੋਗ ਜਿਹੜੇ ਹੈ ਉਹ ਕੈਪਟਨ ਸਾਹਿਬ ਤੋਂ ਇਸ ਕਿਸਮ ਦੇ ਫੈਸਲੇ ਕਰਵਾ ਰਹੇ ਹੈ ਸੋ ਕਾਲਡ ਐਡਵਾਈਜ਼ਰ ਜਿਹੜੇ ਬਣੇ ਬੈਠੇ ਹੈ ਉਹਨ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੈਪਟਨ ਸਾਹਿਬ ਦੇ ਨੇੜੇ ਆ ਗਏ ਦੇ ਆਰ ਪੁੱਟਿੰਗ ਦਾ ਆਫਿਸ ਆਫ ਚੀਫ ਮਿਨਿਸਟਰ ਇਨ ਅ ਸਪੌਟ ਅਕਾਲੀ ਦਲ ਕੀ ਪਹਿਲੀ ਮੰਗ ਹੈ ਜੋ 2000 ਕਿਸਾਨ ਕੁਦਕੁਸ਼ੀ ਕਰ ਗਏ ਆ ਕਿਸਾਨੀ ਕਰਜ਼ੇ ਕਰਕੇ ਔਰ ਜਿਨਕੇ ਸਾਥ ਇਨਕਾ ਚੋਣ ਮੈਨੀਫੈਸਟੋ ਰਾਹੁਲ ਗਾਂਧੀ ਦਾ ਵਾਅਦਾ ਸੀ ਉਸ ਨੂੰ ਦਿਓ ਸ਼੍ਰੋਮਣੀ ਅਕਾਲੀ ਦਲ ਸੈਟੀਸਫਾਈਡ ਉਸ ਤੋਂ ਬਾਅਦ 400 ਤੋਂ ਵੱਧ ਕਿਸਾਨ ਜਿਹੜਾ ਬਾਰਡਰਾਂ ਤੇ ਬੈਠੇ ਸਿੰਗੂ ਟਿੱਕਰੀ ਚ ਸ਼ਹੀਦ ਹੋ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਦਿਓ ਨੌਕਰੀ ਤੇ ਸ਼੍ਰੋਮਣੀ ਅਕਾਲੀ ਦਲ ਸੈਟੀਸਫਾਈਡ ਹੈ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦਾ ਪਹਿਲੀ ਕੈਬਨਿਟ ਚ ਵਹਿਦਾ ਸੀ ਉਹਨਾਂ ਨੂੰ ਪੱਕੇ ਕਰ ਦਿਓ ਸ਼੍ਰੋਮਣੀ ਅਕਾਲੀ ਦਲ ਸੈਟੀਸਫਾਈਡ ਹੈ ਜਿਹੜੇ 올림픽 ਚ ਖੇਡਾਂ ਚ ਮੈਡਲ ਜਿੱਤੇ ਆ ਜਾਂ ਪੈਰਾ 올림픽 ਖਿਡਾਰੀ ਨੇ ਉਹਨਾਂ ਨੂੰ ਨੌਕਰੀ ਦਿਓ ਤੇ ਸ਼੍ਰੋਮਣੀ ਅਕਾਲੀ ਦਲ ਦੀ ਲਿਸਟ ਸਮਝੋ ਮਨਜ਼ੂਰ ਹੋ ਗਈ ਹੈ ਮਗਰ ਉਹਨਾਂ ਨੂੰ ਦੇਣਾ ਤਾਂ ਕਿੱਥੇ ਆ ਆਜ ਕੱਲੇ ਜਾਂ ਆ ਬਾਜਵਾ ਦੇ ਮੁੰਡੇ ਨੂੰ ਮਿਲ ਜੂ ਜਾਂੋ ਬਿਆਨtions ਬੋਚੜ ਦੇ ਮੁੰਡੇ ਪੋਤਰੇ ਨੂੰ ਮਿਲ ਜੂ ਹੋਰ ਕਿਹਨੂੰ ਮਿਲਣੀ ਐ ਇੱਥੇ ਕਿ ਐਨੀ ਫੇਲ ਸਰਕਾਰ ਆ ਵੀ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਵੀ ਜੇ ਅਸੀਂ ਵਿਰੋਧ ਕੀਤਾ ਤੇ ਫਤੇ ਬਾਜਵਾ ਜੀ ਦੇ ਬੇਟੇ ਨੇ ਨੌਕਰੀ ਲੈਣ ਤੋਂ ਇਨਕਾਰ ਕੀਤਾਨ ਤੇ ਮਜਬੂਰ ਹੋਏ ਆ ਉਹ ਤੇ ਕੀ ਜਿਹੜੇ ਸਾਬ ਬਿਆਨ ਸਿੰਘ ਦਾ ਪਰਿਵਾਰ ਆ ਬੇਇੱਜ਼ਤੀ ਪ੍ਰੂਫ ਪਰਿਵਾਰ ਆ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਵੀ ਇਹ ਨੌਕਰੀ ਛੱਡਣੀ ਚਾਹੀਦੀ ਐ ਪਾਂਡੇ ਜੀ ਦੇ ਬੇਟੇ ਨੂੰ ਵੀ ਨੌਕਰੀ ਛੱਡੀ ਜਾਈਏ ਔਰ ਕਹਿਣਾ ਚਾਹੀਦਾ ਪੀ ਜਿਹੜੇ ਪੈਰਾਓਲੰਪਿਕ ਦੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਅੱਜ ਇਹਨੇ ਕੁੱਟਿਆ ਸੀ ਉਹਨਾਂ ਨੂੰ ਨੌਕਰੀ ਦਿੰਨੇ ਆ ਇਹ ਪੋਲਿਟਿਕਲ ਸਾਡੇ ਆਪੋਨੈਂਟਸ ਸੀ ਉਹਨਾਂ ਕਹਿਤਾ ਸਾਨੂੰ ਉਸ ਗੱਲ ਦਾ ਉਹਨਾਂ ਦਾ ਹੱਕ ਬੰਦਾ ਹੈ ਡੈਮੋਕ੍ਰੇਸੀ ਹੈ ਉਹਨਾਂ ਨੇ ਕੁਐਸਚਨ ਕੀਤਾ ਸੀ ਉਹਦਾ ਜਵਾਬ ਦਿੱਤਾ ਜਿਹੜੇ ਸਾਡੇ ਭਰਾ ਸੀ ਅਰਜਨ ਨੇ ਤੇ ਅੱਜ ਪ੍ਰੈਜ਼ੀਡੈਂਟ ਸੈੱਟ ਕਰਤਾ ਆਪਣੀ ਨੌਕਰੀ ਦੇ ਕੇ ਮੈਂ ਇਹਨਾਂ ਮਿਨਿਸਟਰਜ਼ ਨੂੰ ਕ੍ਰਿਪਾਤਰ ਰਜਿੰਦਰ ਸਿੰਘ ਦੀ ਬਾਤ ਜਿਨ੍ਹਾਂ ਦਾ ਬੇਟਾ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦਾ ਚੇਅਰਮੈਨ ਹੈ ਸੁਖਸਾਹ ਕਾਰਿਆ ਸਾਹਿਬ ਜਿਨ੍ਹਾਂ ਦਾ ਭਤੀਜਾ ਜ਼ਿਲ੍ਹਾ ਪਰਿਸ਼ਦ ਅਨੁਸਾਰ ਦਾ ਚੇਅਰਮੈਨ ਹੈ सुनील ਜਾਫਰ ਸਾਹਿਬ ਜਿਹੜੇ ਸਾਡੇ ਪੀਸੀਸੀ ਦੇ ਪ੍ਰਧਾਨ ਨੇ ਉਹਨਾਂ ਦਾ ਭਤੀਜਾ ਅਜੇ ਵੀਰ ਸਿੰਘ ਪੰਜਾਬ ਫਾਰਮਰ ਕਮਿਸ਼ਨ ਦਾ ਚੇਅਰਮੈਨ ਹੈ ਇਹ ਇੱਕ ਉਹ ਪ੍ਰੈਸੀਡੈਂਟ ਨੂੰ ਫੋਲੋ ਕਰਾਉਂਦਾ ਬڑے-ਵਡੇ ਸਵਾਲ ਖੜੇ ਕੀਤੇ ਫਤੇਜੰਗ ਸਿੰਘ ਬਾਜਵਾ ਨੇ 77 ਜਿੰਦ ਸਿੰਘ ਬਾਜਵਾ ਦਾ ਨਾਮ ਲਿਆ ਸੁਖ ਸਰਕਾਰਿਆ ਦਾ ਨਾਮ ਲਿਆ ਸੁਨੀਲ ਜਾਖੜ ਦਾ ਨਾਮ ਲਿਆ ਵੱਡਾ ਸਵਾਲ ਇੱਕ ਕੋਈ ਪੁੱਛਾਂਗੇ ਅਸੀਂ ਵੱਡਾ ਸਵਾਲ ਇਸ ਡਿਬੇਟ ਵਿੱਚ ਵਿਧਾਇਕ ਫਤੇਜੰਗ ਸਿੰਘ ਬਾਜਵਾ ਦੇ ਪੁੱਤ ਨੇ ਨੌਕਰੀ ਛੱਡ ਕੋਣ ਕੋਣ ਕਸੂਤਾ ਫਸਾਇਆ ਵੱਡਾ ਸਵਾਲ ਤਾਂ ਇਹ ਹੀ ਹੈ ਇਸ ਸਵਾਲ ਤੇ ਬਹਿਸ ਹੋਵੇਗੀ ਪੈਨਲ ਸਾਡਾ ਮੌਜੂਦ ਹੈ ਉਹਨਾਂ ਦਾ ਤਾਰਫ ਕਰਾ ਰਹੇ ਹਾਂ ਫਟਾਫਟ ਉਸ ਤੋਂ ਵੱਡ ਡਿਬੇਟ ਸ਼ੁਰੂ ਕਰਦੇ ਹਾਂ ਪ੍ਰਸਾਦ ਮਜੀਤ ਸਿੰਘ ਪੋਲਿਟਿਕਲ ਐਨਾਲਿਸਟ ਨੇ ਪ੍ਰਸਾਦ ਮਜੀਤ ਸਿੰਘ ਲਗਾਤਾਰ ਬੇਰੁਜ਼ਗਾਰਾਂ ਦੀ ਗੱਲ ਕਰਦੇ ਆ ਰੋਜ਼ਗਾਰ ਦੀ ਗੱਲ ਕਰਦੇ ਆ ਘਰ ਪਰ ਪਰ ਸਮਜੀਤ ਸਿੰਘ ਨੂੰ ਸਮਝ ਨਹੀਂ ਆ ਰਿਹਾ ਕਿ ਕਰ ਕਰ ਰੋਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਨੇ ਕਿੰਨੇ ਵਾਅਦੇ ਪੂਰੇ ਕਰ ਦਿੱਤੇ ਆ ਕਿਉਂਕਿ ਦਾਅਵੇ ਤਾਂ ਵੱਡੇ ਵੱਡੇ ਕੀਤੇ ਗਏ। ਪਰ ਸਮਜੀਤ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਸੁਦੇਸ਼ ਸਨ ਰੋਪੜ ਕਾਂਗਰਸ ਸਪੋਕਸਪਰਸਨ ਹੈ ਤੇ ਕਾਂਗਰਸ ਵਿੱਚ ਜਿੱਥੇ ਕਲੇਸ਼ ਪਿਆ ਹੈ ਉੱਥੇ ਨੌਕਰੀ ਵਾਲੀ ਮਹਾਪਾਰਤਰੀ ਜਿਹੜੀ ਛਿੜੀ ਹੋਈ ਹੈ ਤੇ ਹੁਣ ਕਾਂਗਰਸ ਕੀ ਜਵਾਬ ਦੇਵੇਗੀ ਇਹ ਸੁਦੇਸ਼ ਸਨ ਰੋਪੜ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਰੋਪੜ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਦਿਨੇਸ਼ ਛੱਡਾ ਆਮ ਆਦੀ ਪਾਰਟੀ ਦੇ ਸਪੋਕਸਪਰਸਨਾ ਦਿਨੇਸ਼ ਛੱਡਾ ਹਰਦੀ ਪਾਰਟੀ ਨੇ ਇੱਕ ਆਰਟੀਆਈ ਵੀ ਪਾਈ ਹੈ ਤੇ ਉਸ ਆਰਟੀਆਈ ਦੇ ਤਹਿਤ ਜਿਹੜੀ ਜਾਣਕਾਰੀ ਇਹਨਾਂ ਨੇ ਦਿੱਤੀ ਹੈ ਕਿ ਹੈ ਬੇਰੁਜ਼ਗਾਰਾਂ ਦਾ ਹਾਲ ਕੀ ਹੈ ਨੌਜਵਾਨਾਂ ਨੌکریاں ਦੇਣ ਦੇ ਮੁੱਦੇ ਤੇ ਸਰਕਾਰ ਖੜੀ ਕਿੱਥੇ ਹੈ ਤੇ ਬੇਰੋਜ਼ਗਾਰੀ ਪੱਤਾ ਕਿਨ ਅਰਸ਼ੀਸ ਸਿੰਘ ਕਲੇਰ ਸ਼੍ਰੋਮਣੀ ਕਾਲ ਦਾ ਸਪੋਕਸਪਰਸ ਨੇ ਇਹਨਾਂ ਦੀ ਪਾਰਟੀ ਵੀ ਲਗਾਤਾਰ ਸਵਾਲ ਚੁੱਕਦੀ ਪਈ ਹੈ ਕਿ ਬਿਆਨ ਸਿੰਘ ਪਰਿਵਾਰ ਤੇ ਸਵਾਲ ਚੁੱਕਦੀ ਪਈ ਹੈ ਬਾਜਾ ਪਰਿਵਾਰ ਤੇ ਸਵਾਲ ਚੁੱਕਦੀ ਪਈ ਹੈ ਤੇ ਪਾਂਡੇ ਪਰਿਵਾਰ ਤੇ ਸਵਾਲ ਚੁੱਕਦੀ ਪਈ ਹੈ ਇਸ ਕਰਕੇ ਕਲੇਰ ਸਭ ਤੋਂ ਹੈ ਕਲੇਰ ਸੋ ਤੁਹਾਡਾ ਬਹੁਤ ਸਵਾਗਤ ਹੈ ਸਦੇਸ਼ਨ ਰੋਪੜ ਅ ਅਰਜੁਨ ਤੇ ਪੀਸ਼ਨ ਵਾਲਾ ਇਹ ਸਾਰਾ ਮੁੱਦਾ ਛੜਾ ਉਹਦਾ ਡਾਇਰੈਕਟਰ ਕੋਣ ਆ ਸਰ ਕਿੰਨੇ ਕਿਹਾ ਸੀਗਾ ਕਿ ਇਹਨਾਂ ਨੂੰ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਤੇ ਹੁਣ ਕੋਣ ਕਹਿ ਰਿਹਾ ਕਿ ਛੱਡ ਦਿਓ ਕੇ ਪੀਜੀ ਅ ਜੇ ਤੁਸੀਂ ਮੈਨੂੰ 2 ਮਿੰਟ ਦਿਓ ਤਾਂ ਮੈਂ ਤੁਹਾਨੂੰ ਸਾਰੀ ਫਿਰ ਬੈਕਗ੍ਰਾਉਂਡ ਦੇ ਵਿੱਚ ਜੇ ਗੱਲ ਸਮਝਾ ਦਾਂ ਤਾਂ ਮੇਰੇ ਖਿਆਲ ਦੇ ਵਿੱਚ ਜ਼ਿਆਦਾ ਇਨਸਾਫ ਹੋਊਗਾ ਤੁਹਾਡੇ ਸ਼ਰੋਤਿਆਂ ਨਾਲ ਤੇ ਜਿਹੜੀ ਸਾਡੀ ਪੋਜੀਸ਼ਨ ਆ ਉਹਦੇ ਨਾਲ ਠੀਕ ਕਰ ਲਓ ਇਨਸਾਫ ਸਰ ਕਰ ਲਓ ਇਨਸਾਫ ਮੈਂ ਤਾਂ ਚੋਣਾ ਨਾਲ ਇਨਸਾਫ ਹੋਣਾ ਧੀਆਂ ਪੁੱਤਾਂ ਨਾਲ ਵੀ ਕਰ ਦਿਓ ਜਿਨ੍ਹਾਂ ਨੂੰ ਹਜੇ ਤੱਕ ਰੋਜ਼ਗਾਰ ਨਹੀਂ ਮਿਲਿਆ ਬੋਲੋ ਰੋਪੜ ਸਾਹਿਬ ਨਹੀਂ ਨਹੀਂ ਦੇਖੋ ਗੱਲ ਇਹ ਹੈ ਜਿਸ ਟਾਈਮ ਖੜਕੂ ਬਾਸੀਗਾ ਹਾਲਾਤ ਐਡੇ ਮਾੜੇ ਸੀ ਮੈਂ ਉਸ ਸਮੇਂ ਦੀ ਗੱਲ ਕਰਦਾ ਉਸ ਸਮੇਂ ਦੇ ਵਿੱਚ ਜੇ ਕਿਸੇ ਨੂੰ ਬਸ ਚੋਲਾ ਕੇ ਮਾਰਿਆ ਉਹਦੇ ਪਰਿਵਾਰਾਂ ਨੂੰ ਵੀ ਨੌਕਰੀ ਮਿਲੀ ਐ ਔਰ ਇੱਕ ਇੱਕ ਨੌਕਰੀ ਤਿੰਨ ਤਿੰਨ ਬੰਦੇ ਨੂੰ ਨੌਕਰੀ ਮਿਲਿਆ ਮੈਂ ਇਹਨਾਂ ਗੱਲਾਂ ਦਾ ਗਵਾਹ ਆ ਮੈਂ ਮੰਗੀਆਂ ਨੇ ਤੇ ਦਵਾਈਆਂ ਨੇ ਜੇ ਅਸੀਂ ਕੋਈ ਮੁਲਾਜ਼ਮ ਮਰ ਗਿਆ ਉਹਦੇ ਅਸੀਂ ਸਾਰੇ ਪਰਿਵਾਰ ਨੂੰ ਨੌਕਰੀ ਤੋਂ ਆਈ ਗਾ ਚੌਥਾ ਜੇ ਕੋਈ ਰਹਿ ਗਿਆ ਕਿ ਤਾਂ ਅਸੀਂ ਉਹਦੇ ਸਾਰੀ ਉਹਦੀ ਤਨਖਾਹ ਵੀ ਅਖੀਰ ਤੱਕ ਰਿਟਾਇਰਮੈਂਟ ਤੱਕ ਦਵਾਈ ਹੈ ਅਫੀਸਰਸ ਵੀ ਹੋਏ ਤਾਂ ਉਹਨਾਂ ਦੇ ਵੀ ਪਰਿਵਾਰ ਦੇ ਵਿੱਚ ਦੋ ਦੋ ਤਿੰਨ ਤਿੰਨ ਨੌਕਰੀਆਂ ਉਸ ਟਾਈਮ ਦੇ ਉੱਤੇ ਮਿਲੀਆਂ ਨੇ ਜੇ ਪੋਲੀਟਿਕਲ ਕਿਸੇ ਬੰਦੇ ਦੀ ਡੈਥ ਹੋਈ ਤਾਂ ਉਮਰਾ ਨੰਗਲ ਵਰਗੇ ਜਿਹੜੇ ਨੇ ਉਸ ਟਾਈਮ ਵੀ ਬੀਪੀਐਸ ਭਰਤੀ ਹੋਏ ਨੇ ਠੀਕ ਹੈ ਇਹ ਇਹ ਉਹ ਇਹ ਇਸ ਕੇਸ ਦੀ ਬੈਕਗ੍ਰਾਉਂਡ ਹੈ ਜਿਹੜਾ ਨੌਕਰੀਆਂ ਦੇੜ ਦੀ ਬੈਕਗ੍ਰਾਉਂਡ ਕੰਪੈਸ਼ਨਟ ਗਰਾਉਂਡ ਦੀ ਜਿਹੜੀ ਆਪਾਂ ਗੱਲ ਕਰ ਰਹੇ ਜੀ ਨੂੰ ਕਿ ਉਹ ਸਮੇਂ ਨੂੰ ਅਸੀਂ ਭੁੱਲ ਕੇ ਅੱਜ ਸਾਰੇ ਬੰਦੇ ਸਿਰਫ ਇਸ ਕਰਕੇ ਵੀ ਇੱਕ ਟਾਈਮਿੰਗ ਇਦਾਂ ਦੀ ਹੈ ਇੱਕ ਪੋਲਿਟੀਕਲ ਉਸ ਤੋਂ ਕਰ ਲਓ ਅਸੀਂ ਪਖਾ ਲਿਆ ਤਾਂ ਅਸੀਂ ਉਸ ਉਹਨਾਂ ਨੂੰ ਟਾਰਗੇਟ ਕਰ ਲਿਆ ਤੇ ਇਸ ਕਰਕੇ ਅੱਜ ਅਸੀਂ ਇਹ ਗੱਲ ਕਰ ਰਹੇ ਹਾਂ ਪਰ ਜੇ ਇਹੀ ਉਸ ਟਾਈਮ ਦੇ ਉੱਤੇ ਇਹੀ ਪੋਲਿਟੀਕਲ ਬੰਦੇ ਔਰ ਇਹੀ ਪ੍ਰੈਸ ਖੜ ਕੇ ਮੰਗਾਂ ਕਰਦੀ ਰਹੀ ਹੈ ਵੀ ਨਹੀਂ ਇੱਕ ਨਾਲ ਤਸੱਲੀ ਨਹੀਂ ਹੁੰਦੀ ਦੋ ਨਾਲ ਤਸੱਲੀ ਨਹੀਂ ਹੁੰਦੀ ਸਾਰੇ ਪਰਿਵਾਰ ਨੂੰ ਨੌਕਰੀ ਦਿਓ ਇਹ ਹੁੰਦਾ ਰਿਹਾ ਹੈ ਹੋਇਆ ਔਰ ਇਹ ਇਸੇ ਪੰਜਾਬ ਦੇ ਵਿੱਚ ਇਸੇ ਪਾਲਿਸੀ ਦੇ ਨਾਲ ਹੋਇਆ ਦੂਜੀ ਗੱਲ ਹਾਂ ਬੋਲ 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 ਦੂਜੀ ਗੱਲ ਜਿਹੜੀ ਗੱਲ ਇਹ ਦੋ ਨੌਕਰੀਆਂ ਦੀ ਗੱਲ ਹੈ ਔਰ ਉਹਦੇ ਵਿੱਚ ਇਹ ਇਸ ਸਮੇਂ ਦੇ ਵਿੱਚ ਬਿਲਕੁਲ ਸਾਡੇ ਪ੍ਰਧਾਨ ਸਾਹਿਬ ਨੇ ਸਹੀ ਗੱਲ ਠਾਈ ਹੈ ਵੀ ਕੌਣ ਹੈ ਇਦਾਂ ਦਾ ਐਡਵਾਈਜ਼ਰ ਫਿਰ ਇਹ ਤਾਂ ਸਾਨੂੰ ਵੀ ਨਹੀਂ ਪਤਾ ਮੈਂ ਮੈਂ ਇੱਥੇ ਬੈਠ ਕੇ ਝੂਠ ਬੋਲ ਕੇ ਚੱਲ ਜਾਵਾਂ ਵੀ ਉਹ ਇਹ ਸਮਾਂ ਨਹੀਂ ਸੀ ਕਿਉਂਕਿ ਉਦਾ ਕਾਰਨ ਮੈਂ ਦੱਸਣ ਲੱਗਿਆ ਅਸੀਂ ਤਾਂ 2022 ਦੇ ਇਲੈਕਸ਼ਨ ਦੀ ਤਿਆਰੀ ਵਾਸਤੇ ਤਿੰਨ ਮੈਂਬਰੀ ਕਮੇਟੀ ਬਣੀ ਵੀ ਆ ਉਹ ਸੁਣ ਰਹੀ ਆ ਸਾਰੇ ਐਮਐਲਏ ਚ ਨੂੰ ਸੁਣ ਰਹੀ ਆ ਇਸ਼ੂਜ਼ ਨੂੰ ਜਿਹੜੇ ਹੈਗੇ ਆ ਉਹਨਾਂ ਦੇ ਥਰੂ ਜਾ ਰਹੀ ਆ ਵੀ ਇਸ਼ੂਜ਼ ਕਿਹੜੇ 2022 ਦੇ ਵਿੱਚ ਆਉਣਗੇ ਕੀ ਕਰਨਾ ਹੈ ਕੀ ਨਹੀਂ ਕਰਨਾ ਔਰ ਕਿਸ ਕਿਸਮ ਦੀ ਲੀਡਰਸ਼ਿਪ ਹੋਵੇ ਕਿਸ ਕਿਸਮ ਦਾ ਸਾਰੀਆਂ ਸਿਸਟਮ ਦੇ ਉੱਤੇ ਸਾਡੇ ਜਿਹੜਾ ਹੈਗਾ ਉਹਦੇ ਤੇ ਮੰਥਨ ਚੱਲ ਰਿਹਾ ਔਰ ਉਸ ਟਾਈਮ ਦੇ ਉੱਤੇ ਇਹ ਟਾਈਮਿੰਗ ਜਿਹੜੀ ਸੀ ਇਹ ਗਲਤ ਹੈ ਇਹ ਇਸ ਗੱਲ ਨੂੰ ਅਸੀਂ ਬਿਲਕੁਲ ਮੰਨਦੇ ਆ ਰੋਪਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਤੁਰ ਸਰ ਮੈਂ ਟਾਈਮਿੰਗ ਵਾਲਾ ਸਵਾਲ ਪਿੱਛੇ ਰੱਖਦਾ ਸਰ ਰੋਪਰ ਸਾਹਿਬ ਤੁਸੀਂ ਕਿਹਾ ਕਿ ਤਰਸ ਦੇ ਆਧਾਰ ਤੇ ਨੌਕਰੀਆਂ ਬੰਦੀਆਂ ਸੀਗੀਆਂ ਤੁਸੀਂ ਵੀ ਦਵਾਈਆਂ ਕਈਆਂ ਨੂੰ ਤੇ ਉਹਨਾਂ ਦਾ ਹੱਕ ਬੰਦਾ ਸੀਗਾ ਜਿਵੇਂ ਤੁਹਾਡੀ ਗੱਲ ਨਾਲ ਤੁਰਾ ਸਰ ਇਹਨਾਂ ਮੈਂ ਤੁਸੀਂ ਇਹਨਾਂ ਨਾਲ ਵੀ ਬੇਇਨਸਾਫੀ ਕੀਤੀ ਸਰ ਸਾਢੇ 4 ਸਾਲ ਬਾਅਦ ਤੁਸੀਂ ਇਹਨਾਂ ਨੂੰ ਪੁੱਛ ਰਹੇ ਹੋ ਸਾਢੇ 4 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਸਾਰੇ ਇਹਨਾਂ ਦੇ ਮੁੰਡੇ ਨਾਬਾਲਗ ਸੀ ਉਦੋਂ ਜਦੋਂ ਤੁਸੀਂ ਜੋਤੀ ਸਰਕਾਰ ਵਿੱਚ ਆਏ ਸੀਗੇ ਨਹੀਂ ਦੇਖੋ ਗੱਲ ਬਿਲਕੁਲ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਚਾਹੇ ਉਹ ਇਹ ਹੈ ਇਵਨ ਇਹ ਸਾਡੀ ਤਰਸਦੀ ਹੈ ਇੱਕ ਬੰਦੇ ਦੀ ਡੈਥ ਹੋ ਜਾਂਦੀ ਹੈ ਚਾਹੇ ਇਹ ਇਹਨੂੰ ਅਸੀਂ ਅੱਤਵਾਦ ਪੀੜਤਾਂ ਨੂੰ ਛੱਡ ਦੀਏ ਦੂਜੀ ਵੀ ਅਸੀਂ ਕੰਪੈਸ਼ਨੇਟ ਗਰਾਉਂਡ ਦੀ ਜੌਬ ਦੀ ਗੱਲ ਕਰੀਏ ਉਹ ਫਾਈਲ ਤੁਰਦੀ 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 2-2 ਸਾਲ ਲੱਗਦੇ ਐ ਇਸ ਗੱਲ ਦੇ ਵਿੱਚ ਮੈਨੂੰ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਹਾਂ ਇੱਕ ਮਹਿਕਮਾ ਪੀਐਸਪੀਸੀਐਲ ਜਿਹੜਾ ਕਿ ਬਹੁਤ ਜਲਦੀ ਦੇ ਦਿੰਦਾ ਉਹ ਵੀ ਉੱਥੇ ਉੱਥੋਂ ਦੀਆਂ ਟ੍ਰੇਡ ਯੂਨੀਅਨਾਂ ਨੇ ਮੈਂ ਹੋਰ ਕਿਸੇ ਵੀ ਕਿਸੇ ਪੋਲੀਟੀਕਲ ਪਾਰਟੀ ਦੀ ਉੱਥੇ ਉਹ ਨਹੀਂ ਕਰਦਾ ਉੱਥੋਂ ਦੀਆਂ ਟ੍ਰੇਡ ਯੂਨੀਅਨਾਂ ਨੇ ਲੜ ਕੇ ਕਰਾਇਆ ਹੋਇਆ ਵੀ ਉਹ ਜਦੋਂ ਵੀ ਹੁੰਦਾ ਉਹ ਟਾਈਮ ਬౌੰਡ ਤੌਰ ਦੇ ਉਤੇ ਹੋ ਜਾਂਦਾ ਹੈ ਚਲੋ ਫਾਈਲਾਂ ਤੁਰਦੀਆਂ ਤੁਰਦੀਆਂ ਬਹੁਤ ਦੂਰ ਤੱਕ ਨਿਕਲ ਜਾਂਦੀਆਂ ਇੱਕ ਛੋੜਾ ਬ੍ਰੇਕ ਲਊਗਾ ਬ੍ਰੇਕ ਤੋਂ ਵਾਪਸ ਆ ਕੇ ਉਹਨਾਂ ਫਾਈਲਾਂ ਦੀ ਹੀ ਗੱਲ ਕਰਨੀ ਆ ਫਾਈਲਾਂ ਛੜੀਆਂ ਪੰਜਾਬ ਦੀ ਜਵਾਨੀ ਲਿਖਿਓ ਨਹੀਂ ਖੋਲਦੀਆਂ ਪਈਆਂ ਜਿਹੜੇ ਬੇਰੁਜ਼ਗਾਰਾਂ ਨੂੰ ਡੰਡੇ ਪੈਂਦੇ ਪਈ ਉਹਨਾਂ ਲਈ ਕੀ ਕਰਦੀ ਪਈ ਸਰਕਾਰ ਹੁਣ ਪੈਰਾਓਲੰਪਿਕ ਜਿਹੜੇ ਖਿਡਾਰੀ ਹੈ ਕੀ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਮਾ ਰਣਜੀਤ ਸਿੰਘ ਅਵਾਡੀ ਸਟੇਟ ਵਾਟੀ ਉਹਨਾਂ ਨੇ ਜਿਹੜੇ ਇੰਨੇ ਇਨਾਮ ਸਨਮਾਨ ਜਿੱਤੇ ਹੋਇਆ ਉਸ ਤੋਂ ਬਾਅਦ ਸਰਕਾਰ ਜਾਗਦੀ ਹੈ ਤੇ ਸਰਕਾਰ ਇਹ ਕਹਿੰਦੀ ਵੀ ਹੈ ਕਿ ਅਸੀਂ ਮਾਫੀ ਮੰਗਦੇ ਹਾਂ ਜੇ ਪੁਲਿਸ ਨੇ ਤੁਹਾਡੇ ਨਾਲ ਤਕਸ਼ੀ ਕੀਤੀ ਹੈ ਪਰ ਪੰਜਾਬ ਦਾ ਨੌਜਵਾਨ 28 ਸਾਲ ਪੁੱਛਦਾ ਪਿਆ 2500 ਰੁਪਏ ਬੇਰੋਜ਼ਗਾਰੀ ਪੱਤਾ ਤੁਸੀਂ ਕਿਹਾ ਸੀ ਕਿਹਨੂੰ ਕਿਹਨੂੰ ਦਿੱਤਾ ਵਾਪਸ ਆ ਰਿਹਾ ਸ੍ਰੀ ਮਾਡਾ ਸਵਾਲੇ ਪੁੱਛ ਰਿਹਾ ਸੀ ਡਿਬੇਟ ਵਿੱਚ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤ ਨੇ ਨੌਕਰੀ ਛੱਡ ਕੌਣ-ਕੌਣ ਕਸੂਤਾ ਫਸਾਇਆ ਪ੍ਰਸ ਮਜੀਤ ਸਿੰਘ ਪ੍ਰਸ ਮਜੀਤ ਸਿੰਘ ਦਾ ਸਵਾਲ ਇਹ ਹੈ ਕਿ ਜਿਹੜਾ ਕਿ ਕਾਲੇ ਦੌਰ ਵਿੱਚ ਪੀੜਤ ਪਰਿਵਾਰ ਹੈ ਅਤਵਾਦ ਪੀੜਤ ਪਰਿਵਾਰ ਹੈ ਉਹਨਾਂ ਦੇ ਫਰਜੰਦ ਨੂੰ ਨੌਕਰੀ ਦੇਣੀ ਚਾਹੀਦੀ ਹੈ ਜਾਂ ਅੱਗੋਂ ਪੋਤੇ ਨੂੰ ਨੌਕਰੀ ਦੇਣੀ ਚਾਹੀਦੀ ਸਰ ਪਹਿਲਾਂ ਮੇਰਾ ਤਾਂ ਇਹ ਡਾਊਟ ਕਲੀਅਰ ਕਰ ਦਿਓ ਪ੍ਰਸੰਜੀਤ ਸਿੰਘ ਜਿਵੇਂ ਹੁੰਦੀ ਤੇ ਫਰਜੰਦ ਨਹੀਂ ਆ ਇਹ ਤੇ ਆਊਟ ਆਫ ਦਾ ਵੇਜ ਆ ਕੇ ਜਿਵੇਂ ਕਈ ਬੰਦਿਆ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਸਰਕਾਰੀ ਖਰਚਾਨੇ ਦੇ ਕੋਸਟ ਦੇ ਉੱਤੇ ਇੱਕ ਕਿਸਮ ਦੀ ਵੱਡੀ ਵੇਖੇ ਕੋਈ ਚਾਰ ਬੰਦਿਆਂ ਦੀ ਸਪੋਰਟ ਬਾਈ ਕਰਨ ਵਾਲੀ ਗੱਲ ਆ ਇੰਜ ਲੋਕਾਂ ਦੇ ਮਨਾਂ 'ਚ ਗਿਆ ਇਹ ਕਿੰਨਾ ਠੀਕ ਹੈ ਕਿੰਨਾ ਗਲਤ ਹੈ ਇਹ ਤੇ ਜਨਤਾ ਜਾਣਦੀ ਆ ਪਰ ਲੋਕਾਂ ਦੇ ਮਨਾਂ ਵਿੱਚ ਇਸ ਟਾਈਮ ਤੇ ਇਹ ਨੌਕਰੀਆਂ ਐਨੇ ਸਾਲਾਂ ਬਾਅਦ ਇਹੀ ਕੈਪਟਨ ਸਾਹਿਬ ਪਿਛਲੀ ਟਰਮ 'ਚ ਕਿਉਂ ਨਹੀਂ ਦਿੱਤੀ ਬਿਹਨ ਸਿੰਘ ਉਹਨਾਂ ਨੇ ਕਿਉਂ ਨਹੀਂ ਉਦੋਂ ਦਿੱਤੀਆਂ ਕਿਉਂ ਐਨੇ ਸਮੇਂ ਪੈਣ ਤੋਂ 30 35 ਸਾਲ ਤੋਂ ਬਾਅਦ ਤੁਸੀਂ ਲੱਗੇ ਆ ਜਿਹਦਾ ਮਤਲਬ ਇਹ ਆ ਕਿ ਲੋਕਾਂ ਨੂੰ ਇਹ ਬਿਲਕੁਲ ਅਵਾਰਾ ਨਹੀਂ ਗੁਜਰੀ ਦੂਜੀ ਗੱਲ ਮੈਂ ਇਹਦੇ ਤੇ ਸਾਨੂੰ ਹਾਏ ਤੋਬਾ ਕਰਨ ਤੋਂ ਜਗਾ ਤੁਸੀਂ ਇੰਜ ਦੇਖੋ ਤੇ ਸਹੀ ਸਾਡੀ ਰਾਜਨੀਤੀ ਚੱਲ ਕੇ ਮੇਰੀ ਹੈ ਸਭ ਤੋਂ ਪਹਿਲਾਂ ਜਿਹੜੇ ਪਰਿਵਾਰ ਸੱਤਾ ਚਾਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਬੀਵੀਆਂ ਨੂੰ ਗਾਂਹ ਪੋਤਿਆਂ ਨੂੰ ਪੁੱਤਰਾਂ ਨੂੰ ਕਿਸੇ ਨੂੰ ਐਮਐਲਏ ਕਿਸੇ ਨੂੰ ਕੋਚ ਕਿਸੇ ਨੂੰ ਕੁਛ ਬਣਾ ਕੇ ਜਦੋਂ ਘਰ ਭਰ ਜਾਂਦਾ ਪਰਿਵਾਰ ਦਾ ਭਾਵੇਂ ਤੁਸੀਂ ਬਾਦਲ ਪਰਵਾਰ ਆ ਪੰਜ ਮੈਂਬਰ ਨੇੜ ਦੇ ਤੁਸੀਂ ਦੇਖੋ ਐਮਐਲਏ ਮਨਿਸਟਰ ਬਣਦੇ ਆ ਇਸੇ ਤਰ੍ਹਾਂ ਹੀ ਕੈਪਟਨ ਦੇ ਆ ਉਹਨਾਂ ਦੀ بیوی ਹੈ ਉਹਨਾਂ ਦੇ ਗਾਂ ਨਿਆਣਿਆਂ ਨੂੰ ਖੜੇ ਕਰਦੇ ਤੇ ਸੱਤਾ ਦੇ ਦੇ ਇੰਜੀ ਤੇ ਕਬਜ਼ੇ ਹੁੰਦੇ ਆ ਜਿਹੜੇ ਰਹਿ ਜਾਂਦੇ ਆ ਉਹਨਾਂ ਨੂੰ ਕਹਿੰਦੇ ਹੁਣ ਐਡਜਸਟ ਕਰਦੇ ਆ ਐਡਜਸਟ ਦਾ ਮਤਲਬ ਚੀਰਮੈਨ ਲਾਉਣਗੇ ਹੋਰ ਕਈ ਕੁਛ ਲਾਉਂਦੇ ਜਿਹੜੇ ਉੱਥੇ ਵੀ ਨਹੀਂ ਹੁੰਦੇ ਫਿਰ ਕਹਿੰਦੇ ਆ ਜੀ ਉਹਨਾਂ ਨੂੰ ਹੁਣ ਅਸੀਂ ਜ਼ਿਲ੍ਹਾ ਸੰਮਤੀਆਂ ਬਲਾਕ ਸੰਮਤੀਆਂ ਦੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਪ੍ਰਧਾਨ ਲਾਵਾਂਗੇ ਇਸ ਤਰੀਕੇ ਨਾਲ ਸਾਡੀ ਸੱਤਾ ਸਰਕਾਰੀ ਖਜ਼ਾਨੇ ਤੇ ਸੁੱਖ ਸੁਭਦਾ ਤੇ ਆਪਣੇ ਪਾਰਟੀ ਮੈਂਬਰਾਂ ਨੂੰ ਆਪਣੇ ਚਾਹੇਤੀਆਂ ਨੂੰ ਕਿਵੇਂ ਕਾਬਜ ਕਰਾਉਣਾ ਇਹ ਇੱਕ ਰਵਾਇਤ ਬਣ ਗਈ ਹੈ ਜਿਹੜਾ ਕਿਹੜੀ ਪਾਰਟੀ ਲੋਕਾਂ ਨੂੰ ਪੁੱਛਦੀ ਇਸ ਲਈ ਮੈਨੂੰ ਲੱਗਦਾ ਇੰਨਾ ਦੋਹਾਂ ਜਿਹੜੀਆਂ এমਪਲॉयਮੈਂਟ ਕੀਤੀਆਂ ਇਹ ਇੱਕ ਫੋਕਸ ਹੋ ਗਈਆਂ ਔਰ ਸਾਰੀ ਚੀਜ਼ ਅਨਫੋਲਡ ਹੋ ਰਹੀ ਆ ਔਰ ਇਹਦੀ ਥ੍ਰੈਡ ਬੇਅਰ ਜਿਹੜੀ ਟੋਟਲ ਪਰਸਨਾ ਦੇ ਨਾਲ ਨਾਲ ਮੇਰਾ ਖਿਆਲ ਇਦੀ ਇਨਵੈਸਟੀਗੇਸ਼ਨ ਔਰ ਪੂਰੀ ਚਰਚਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਸੱਤਾਧਾਰੀ ਲੋਕ ਆ ਸੱਤਾ ਜੀਵੀ ਆ ਜਿਹੜੇ ਉਹ ਦੋਵਾਂ ਥਾਂ ਨਾਲ ਸਰਕਾਰੀ ਖਜ਼ਾਨੇ ਨੂੰ ਲੁੱਟਦੇ ਹੋਏ ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਰਾਜ ਨਾ ਕਰਨ ਕਿ ਲੋਕਾਂ ਦੀ ਕੋਈ ਸੁਣ ਹੀ ਨਾ ਜਾਵੇ ਠੀਕ ਠੀਕ ਹੈ ਦਨੇ ਚੜਾ ਤੁਹਾਡੀ ਪਾਰਟੀ ਨੇ ਆਰਟੀਆਈ ਪਾਈ ਹੈ ਬੇਰੋਜ਼ਗਾਰ ਦਾ ਬੇਰੋਜ਼ਗਾਰੀ ਦਾ ਬਹੁਤ ਵੱਡਾ ਮਸਲਾ ਪੂਰੀ ਦੇਸ਼ ਵਿੱਚ ਪੂਰੀ ਦੁਨੀਆ ਵਿੱਚ ਬਹੁਤ ਵੱਡਾ ਮਸਲਾ ਹੈਗਾ ਕੇਂਦਰ ਸਰਕਾਰ ਨੇ ਬਹੁਤ ਵੱਡੀ ਕਮਿਟਮੈਂਟ ਕੀਤੀ ਸੀ ਉਹ ਪੂਰੀ ਨਹੀਂ ਕਰ ਸਕੀ ਕੈਪਟਨ ਵਰਿੰਸਿੰਧ ਦੀ ਸਰਕਾਰ ਨੇ ਇੱਕ ਬਟਮੈਂਟ ਕੀਤੀ ਉਹ ਪੂਰੀ ਨਹੀਂ ਕਰ ਸਕੀ ਦਿਨੇਸ਼ ਢੱਡਾ ਤੁਸੀਂ ਇਸ ਮੁੱਦੇ ਤੇ ਸਿਆਸਤ ਕਰਦੇ ਪਿਓ ਜਾਂ ਸੱਚ ਦੱਸਦੇ ਪਿਓ ਲੋਕਾਂ ਨੂੰ ਜਾਂ ਤੁਹਾਡੇ ਕੋਲ ਕੋਈ ਉਹੋ ਜਿਹਾ ਬਲੂਪ੍ਰਿੰਟ ਹੈਗਾ ਕਿ ਤੁਸੀਂ ਇਹ ਬੇਰੋਜ਼ਗਾਰੀ ਪੱਤਾ ਵੀ ਰੋਜ਼ਗਾਰ ਵੀ ਸਭ ਕੁਝ ਦੇ ਦੋਗੇ ਤੁਸੀਂ ਦੇਖੋ ਜਿਹੜਾ ਪਲਾਨ ਸਾਡੇ ਕੋਲ ਹੋਏਗਾ ਜਿਹੜਾ ਬਲੂਪ੍ਰਿੰਟ ਸਾਡੇ ਕੋਲ ਹੋਏਗਾ ਉਹਦੇ ਮੁਤਾਬਕ ਸਾਡੀ ਜਦੋਂ ਵਾਰੀ ਆਏਗੀ ਅਸੀਂ ਆਪਣੇ ਵਾਅਦੇ ਜੂਰ ਪੂਰੇ ਕਰਾਂਗੇ ਜਦੋਂ ਸਾਨੂੰ ਪੰਜਾਬ ਦੇ ਲੋਕਾਂ ਨੇ ਇੱਕ ਮੌਕਾ ਦਿੱਤਾ ਪਰ ਅੱਜ ਕੈਪਟਨ ਸਾਹਿਬ ਜਿਹੜਾ ਘਰ ਘਰ ਰੋਜ਼ਗਾਰ ਦੀ ਗੱਲ ਕਰਕੇ ਸੱਤਾ ਦੇ ਵਿੱਚ ਆਏ ਸੀਗੇ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਘੁੰਮ ਘੁੰਮ ਕੇ ਜਿਹੜਾ ਬੇਰਜ਼ਗਾਰ ਨੌਜਵਾਨਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਸੀ ਉਹਨਾਂ ਨੂੰ ਆਪਣੀ ਸੋਹਣੀ ਜੀ ਫੋਟੋ ਲਾ ਕੇ ਬਾਕਾਇਦਾ ਕਾਰਡ ਵੰਡ ਕੇ ਆਏ ਸੀ ਕਿ ਜਦੋਂ ਚਿਪ ਵਾਲੇ ਕਾਰਡ ਸੀਗੇ ਕਿ ਜਦੋਂ ਸਾਡੀ ਸਰਕਾਰ ਆਏਗੀ ਤੁਹਾਨੂੰ 2500 ਰੁਪਏ ਚੜੇ ਮਹੀਨੇ ਬੇਰਜ਼ਗਾਰੀ ਪੱਤਾ ਜਿਹੜਾ ਮਿਲ ਜਾ ਕਰੇਗਾ ਅੱਜ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਤਾਂ ਨੌਜਵਾਨਾਂ ਨੇ ਵਿਚਾਰਿਆਂ ਨੇ ਉਹ ਕਾਰਡ ਜਿਹੜੇ ਆ ਬੜੇ ਸੰਭਾਲ ਕੇ ਰੱਖੇ ਹੋਏ ਆ ਉਹ ਸਾਨੂੰ ਜਦੋਂ ਅਸੀਂ ਕੋਈ ਜਾਗਰੂਕਤਾ ਮੀਟਿੰਗਾਂ ਕਰਨ ਜਾਂਦੇ ਆ ਤਾਂ ਲੋਕ ਨੌਜਵਾਨ ਸਵਾਲ ਪੁੱਛਦੇ ਆ ਕਿ ਇਹਨਾਂ ਕਾਰਡਾਂ ਦਾ ਸਾਨੂੰ ਕੋਈ ਬੈਨੀਫਿਟ ਮਿਲ ਸਕਦਾ ਕਿਸੇ ਸਰਕਾਰੀ ਸਕੀਮ ਦੇ ਤਹਿਤ ਉਹ ਜਦੋਂ ਅਸਲੀਅਤ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਆਰਟੀ ਐਕਟ ਦੇ ਤਹਿਤ ਮੇਰੇ ਵੱਲੋਂ ਇੱਕ ਜਾਣਕਾਰੀ ਡਾਇਰੈਕਟਰ ਰੁਜ਼ਗਾਰ ਉਤਪਤੀ ਦੇ ਕੋਲੋਂ ਲਈ ਗਈ ਤਾਂ ਇਹ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਬੀਤਿਆ 2019-20 ਸਾਲ ਸੀਗਾ ਉਹਦੇ ਵਿੱਚ ਕੈਪਟਨ ਸਾਹਿਬ ਨੇ ਪੰਜਾਬ ਦੇ ਵਿੱਚ ਸਿਰਫ 42 ਬੇਰਜ਼ਗਾਰਾਂ ਨੂੰ ਬੇਰਜ਼ਗਾਰੀ ਪੱਤਾ ਦਿੱਤਾ ਮੈਂ ਇਹਨਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਕਿ 42000 ਬੇਰਜ਼ਗਾਰ ਤਾਂ ਘੱਟੋ ਘੱਟ ਪੰਜਾਬ ਦੇ ਵਿੱਚ ਸਿੱਧੇ ਤੌਰ ਤੇ ਧਰਨਿਆਂ ਤੇ ਬੈਠਾ ਹੋਏਗਾ ਅੱਜ ਦੀ ਤਾਰੀਖ ਦੇ ਵਿੱਚ ਵੀ ਚਾਹੇ ਮਹਾਲੀ ਚ ਬੈਠੇ ਹੋਣ ਚਾਹੇ ਮੋਤੀਆਂ ਵਾਲੀ ਸਰਕਾਰ ਦੇ ਸ਼ਹਿਰ ਪਟਿਆਲੇ ਚ ਬੈਠੇ ਹੋਣ ਚਾਹੇ ਸੰਗਰੂਰ ਦੇ ਵਿੱਚ ਬੈਠੇ ਹੋਣ ਸੋ ਤੁਸੀਂ ਸਿਰਫ 42 ਲੋਕਾਂ ਨੂੰ ਬੇਰਜ਼ਗਾਰੀ ਪੱਤਾ ਦੇ ਰਹੇ ਹੋ ਜਦੋਂ ਲੱਭ ਲੱਭ ਕੇ ਪਿੰਡਾਂ ਜਾ ਕੇ ਕਾਰਡ ਬਣਾ ਰਹੇ ਸੀਗੇ ਤੁਸੀਂ ਉਦੋਂ ਲੱਖਾਂ ਲੋਕਾਂ ਦੇ ਕਾਰਡ ਬਣਾਏ ਲੱਖਾਂ ਬੇਰਜ਼ਗਾਰ ਨੌਜਵਾਨਾਂ ਦੇ ਕਾਰਡ ਬਣਵਾਏ ਅੱਜ ਤੁਸੀਂ ਸਿਰਫ 42 ਲੋਕਾਂ ਨੂੰ ਬੇਰਜ਼ਗਾਰੀ ਪੱਤਾ ਦੇ ਕੇ ਉਹਨਾਂ ਦੇ ਨਾਲ ਧੋਖਾ ਕਰ ਰਹੇ ਹੋ ਔਰ ਉਸ ਤੋਂ ਅਗਲੀ ਗੱਲ ਮੈਂ ਕਾਂਗਰਸ ਪਾਰਟੀ ਦੇ ਬਲਾਰਾ ਸਾਹਿਬ ਦੀ ਗੱਲ ਦਾ ਜਵਾਬ ਜ਼ਰੂਰ ਦੇਣਾ ਚਾਹੂੰਗਾ ਇਹਨਾਂ ਨੇ ਕਿਹਾ ਕਿ ਜਿਹੜੇ ਤਰਸ ਦੇ ਆਧਾਰ ਤੇ ਨੌਕਰੀ ਦੀ ਗੱਲ ਕੀਤੀ ਹੈ ਮੈਂ ਇਹਨਾਂ ਨੂੰ ਸਪਸ਼ਟ ਕਰਨਾ ਚਾਹੁੰਦਾ ਕਿ ਅਸੀਂ ਬਤੌਰ ਵਕੀਲ ਸਾਨੂੰ ਅਦਾਲਤਾਂ ਦੇ ਵਿੱਚ ਵੀ ਅਜਿਹੇ ਮਾਮਲਿਆਂ ਦੇ ਨਾਲ ਨਜਿੱਠਣ ਦਾ ਮੌਕਾ ਮਿਲਦਾ ਕਿ ਜਦੋਂ ਕਿਸੇ ਦਿੱਟਸ ਦੇ ਆਧਾਰ ਤੇ ਨੌਕਰੀ ਦੇ ਵਿੱਚ 2 ਸਾਲ ਦਾ ਡਿਲੇ ਹੋ ਜੇ 5 ਸਾਲ ਦਾ ਡਿਲੇ ਹੋ ਜੇ ਉਹ ਨੇਵਲ ਹਾਈ ਕੋਰਟ ਦੇ ਵਿੱਚ ਕਿੰਨੇ ਕੇਸ ਚੱਲਦੇ ਨੇ ਪੰਜਾਬ ਸਰਕਾਰ ਸਪਸ਼ਟ ਹੱਥ ਖੜੇ ਕਰ ਦਿੰਦੀ ਹੈ ਕਿ ਹੁਣ ਤੁਹਾਡਾ ਕਲੇਮ ਨਹੀਂ ਬਣਦਾ ਨੌਕਰੀ ਤੇ ਪਰ ਤੁਸੀਂ ਆਪਣੇ ਜਿਹੜੇ ਐਮਐਲਏ ਦੇ ਫਰਜੰਦਾ ਦੇ ਵਾਸਤੇ ਕਾਨੂੰਨ ਨੂੰ ਹੱਥ 'ਚ ਲੈ ਕੇ ਆਪਣਾ ਹੀ ਕਾਨੂੰਨ ਬਣਾ ਕੇ ਜਿਹੜਾ ਨੌਕਰੀਆਂ ਵੰਡੀ ਜਾ ਰਹੇ ਆ ਜਿਹਦਾ ਕਿ ਤੁਹਾਡੀ ਲੀਡਰਸ਼ਿਪ ਨੇ ਵੀ ਤੁਹਾਡੀ ਹਾਈ ਕਮਾਂਡ ਨੇ ਵੀ ਤੇ ਤੁਹਾਡੇ ਕਾਂਗਰਸ ਪਾਰਟੀ ਦੇ ਲੀਡਰਾਂ ਨੇ ਵੀ ਜਿਹਨੂੰ ਗਲਤ ਕਹਿਤਾ ਉੱਥੇ ਸਵਾਲ ਇਹ ਹੈ ਤੇ ਕਾਂਗਰਸ ਪਾਰਟੀ ਦੇ ਬਲਾਰਾ ਸਾਹਿਬ ਔਰ ਕਾਂਗਰਸ ਪਾਰਟੀ ਹੁਣ ਇਹ ਗੱਲ ਕਹਿ ਰਹੀ ਹੈ ਕਿ ਨੌਕਰੀ ਦਾ ਟਾਈਮ ਗਲ ਸੀਗਾ ਇਹ ਨੌਕਰੀ ਦਾ ਨਹੀਂ ਜਾਂ ਕਹ ਲਓ ਠੱਗੀ ਦਾ ਟਾਈਮ ਗਲ ਇਹ ਤਾਂ ਪੰਜਾਬ ਦੇ ਲੋਕਾਂ ਨਾਲ ਠੱਗੀ ਸੀਗੀ ਜੇ ਠੱਗੀ ਦਾ ਟਾਈਮ ਗਲ ਸੀਗਾ ਤਾਂ ਜਿਹਨਾਂ ਨੇ ਠੱਗੀ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਔਰ ਜਿਹੜੀਆਂ ਇਹੋ ਜਿਹੇ ਠੱਗੀਆਂ ਹੋਰ ਹੋਈਆਂ ਨੇ ਜਿਨ੍ਹਾਂ ਦੀ ਗੱਲ ਅਜ ਬਾਜਵਾ ਫਤਿਹ ਜੰਗ ਸਿੰਘ ਬਾਜਵਾ ਹੋਣਾ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਇਹੋ ਜਿਹੇ ਨੌਕਰੀਆਂ ਝਾਲੀ ਸਰਟੀਫਿਕੇਟਾਂ ਦੇ ਨਾਲ ਵੀ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਇਹ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਨੌਕਰੀਆਂ ਤੇ ਹੱਕ ਉਹਨਾਂ ਨੌਜਵਾਨਾਂ ਦਾ ਏ ਜਿਹੜੇ ਕਈ-ਕਈ ਮਹੀਨਿਆਂ ਤੋਂ ਕੜਕਦਿਆਂ ਤੁੱਪਾਂ ਦੇ ਵਿੱਚ ਟੈਂਕੀਆਂ ਦੇ ਉੱਪਰ ਚੜੇ ਬੈਠੇ ਨੇ ਜਿਨ੍ਹਾਂ ਦੀ ਸਿਹਤ ਵੀ ਖਰਾਬ ਹੋ ਗਈ ਇਹਨਾਂ ਨੌਕਰੀਆਂ ਤੇ ਹੱਕ ਉਹਨਾਂ ਨੌਜਵਾਨਾਂ ਦਾ ਏ ਨਾ ਕਿ ਐਮਐਲਿਆਂ ਦੇ ਔਰ ਮੰਤਰੀਆਂ ਦੇ ਰਿਸ਼ਤੇਦਾਰਾਂ ਦਾ ਦਿਨੇ ਛੱਡਾ ਤੁਸੀਂ ਵਕੀਲ ਵੀ ਹੋ ਤੁਹਾਨੂੰ ਸਾਰਾ ਲੀਗਲ ਵੀ ਸਾਰਾ ਪ੍ਰੋਸੈਸ ਪਤਾ ਹੈਗਾ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਨੇ ਉਸ ਸਾਰੇ ਦਾਅ ਪੇਚ ਅਪਣਾ ਕੇ ਫਿਰ ਇਹਨਾਂ ਦੇ ਮੁੰਡਿਆਂ ਨੂੰ ਨੌਕਰੀ ਦਿੱਤੀ ਕੀ ਹੁਣ ਨੌਕਰੀ ਛੱਡਣ ਤੋਂ ਬਾਅਦ ਕੀ ਇਹ ਮਾਮਲਾ ਕੋਰਟ ਵਿੱਚ ਚੈਲੰਜ ਹੋ ਸਕਦਾ ਦਿਨੇ ਛੱਡਾ ਇਸ ਕੋਰਟ ਦੇ ਵਿੱਚ ਅਪਰੋਚ ਕਰਨ ਨੂੰ ਤਾਂ ਕਿਸੇ ਵੀ ਧਿਰ ਨੂੰ ਹੱਕ ਹੈ ਕੋਈ ਵੀ ਧਿਰ ਜਿਹੜੀ ਆ ਕੋਰਟ ਦੇ ਵਿੱਚ ਤੁਸੀਂ ਕਰੋਗੇ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਇਹ ਕਿਉਂਕਿ ਪੰਜਾਬ ਸਰਕਾਰ ਦੀਆਂ ਠੱਗੀਆਂ ਇੰਨੀਆਂ ਕਿਨੇ ਕਿ ਉਹਦੇ ਵਾਸਤੇ ਅਸੀਂ ਕੋਈ ਅੱਡੇ ਤੋਂ ਕਾਨੂੰਨ ਦਾ ਮਹਿਕਮਾ ਨਹੀਂ ਖੋਲ ਸਕਦੇ ਕਿ ਇਹਨਾਂ ਦੀ ਮਾਈਨਿੰਗ ਦੀ ਠੱਗੀ ਨੂੰ ਵੀ ਕੋਰਟ ਤੇ ਲੈ ਕੇ ਜਾਈਏ ਇਹਨਾਂ ਦੀ ਨੌਕਰੀ ਦੀ ਠੱਗੀ ਨੂੰ ਵੀ ਕੋਰਟ ਤੇ ਲੈ ਕੇ ਜਾਈਏ ਇਹਨਾਂ ਦੀ ਬੇਰਜ਼ਗਾਰੀ ਪੱਤੇ ਦੀ ਠੱਗੀ ਨੂੰ ਵੀ ਕੋਰਟ ਤੇ ਲੈ ਕੇ ਜਾਈਏ ਇਹ ਹੁਣ ਲੋਕ ਕਚਹਿਰੀ ਜੀ ਮਾਮਲਾ ਚੱਲ ਗਿਆ ਲੋਕ ਜਵਾਬ ਦੇ ਦੇਣਗੇ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਇਹਨਾਂ ਨੇ ਕੈਪਟਨ ਦੀ ਫੋਟੋ ਵਾਲੇ ਕਾਰਡ ਵੰਡੇ ਹੋਏ ਨੇ ਉਹ ਆਪ ਜਵ ਇਸ ਪੂਰੇ ਮਾਮਲੇ ਨੂੰ ਹੁਣ ਸਿਆਸੀ ਫੀਜ਼ਾ ਦੇ ਵਿੱਚ ਹੀ ਚੈਲੰਜ ਕੀਤਾ ਜਾਵੇ ਅਦਾਲਤ ਅਦਾਲਤਾਂ ਦੇ ਵਿੱਚ ਇਸ ਮਾਮਲੇ ਨੂੰ ਚੈਲੰਜ ਨਾ ਕੀਤਾ ਜਾਵੇ ਤੁਸੀਂ ਵੀ ਇਹੀ ਸੋਚਦੇ ਹੋ ਕਲियर ਸਾਹਿਬ ਨਹੀਂ ਕੇਪੀ ਜੀ ਅਗਰ ਤਾਂ ਇਹ ਨੌਕਰੀ ਛੱਡ ਦਿੰਦੇ ਜਿੱਤੇ ਫਤਾ ਸਿੰਘ ਬਾਜਵਾ ਉਹਨਾਂ ਦੇ ਬੇਟੇ ਨੇ ਛੱਡਤੀ ਔਰ ਅਗਰ ਪਾਂਡੇ ਸਾਹਿਬ ਦਾ ਮੁੰਡਾ ਵੀ ਛੱਡ ਦਿੰਦਾ ਤਾਂ ਤਾਂ ਠੀਕ ਗੱਲ ਹੈ ਅਗਰ ਨਹੀਂ ਇਹ ਛੱਡਦੇ ਅਗਰ ਰਕੇਸ਼ ਪਾਂਡੇ ਦਾ ਮੁੰਡਾ ਇਹ ਨੌਕਰੀ ਦੇ ਅੱਗੇ ਵਧਦਾ ਔਰ ਜਿੱਦਾਂ ਕਿ ਅੱਜ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਕਲੀਅਰ ਕੀਤਾ ਕਿ ਬਿਆਨ ਸਿੰਘ ਦੇ ਪੋਤੇ ਦੀ ਵੀ ਜੜੀ ਇੱਕ ਹਵਾ ਵੀ ਸ਼ੁਰੂ ਕੀਤਾ ਜਾਊਗਾ ਔਰ ਚਾਹੇ ਫਿਰ ਇਹਨੂੰ ਇਸ ਤਰੀਕੇ ਜੇ ਲੀਗਲ ਹੋਵੇ ਦੋਨੋਂ ਹੀ ਪੱਖ ਸ਼ਰੋਣੀ ਇਕਾਲੀਦਲੀ ਖੁੱਲੇ ਨੇ ਪਰ ਗੱਲ ਅੱਜ ਕੀ ਹੈ ਇਹ ਮੌਕੇ ਦੇ ਵਿੱਚ ਮੈਂ ਰੋਪੜ ਸਾਹਿਬ ਨੂੰ ਦੋ ਗੱਲਾਂ ਦੱਸ ਦਿਆਂ ਕਿ ਕੰਪੈਸ਼ਨਟ ਗਰਾਉਂਡ ਤੇ ਨੌਕਰੀ ਦੇਣ ਦੇ ਸਿਰਫ ਦੋ ਹੀ ਮੇਨ ਪੈਰਾਮੀਟਰ ਹੁੰਦੇ ਨੇ ਇੱਕ ਹੁੰਦਾ ਫਾਈਨੈਂਸ਼ੀਅਲ ਡਿਸਟ्रेस ਤੇ ਦੂਜਾ ਹੁੰਦਾ ਡਿਪੈਂਡੈਂਟ ਡਿਪੈਂਡੈਂਟ ਉਹਦੇ ਵਿੱਚ ਹੀ ਦੱਸਿਆ ਗਿਆ ਕਿ ਡਿਪੈਂਡੈਂਟ ਕੌਣ ਹੁੰਦਾ ਡਿਪੈਂਡੈਂਟ ਹੁੰਦਾ ਬੇਟਾ ਬੇਟੀ ਡਿਪੈਂਡੈਂਟ ਹੁੰਦਾ ਭਰਾ ਤੇ ਭੈਣ ਤੇ ਡਿਪੈਂਡੈਂਟ ਦੇ ਵਿੱਚ ਪੋਤਾ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਔਰ 35 ਸਾਲ ਬਾਅਦ ਡਿਪੈਂਡੈਂਟ ਇਹ ਵੀ ਕੋਈ ਕ੍ਰਾਈਟੇਰੀਆ ਨਹੀਂ ਔਰ ਫਾਈਨੈਂਸ਼ੀਅਲ ਡਿਸਟ्रेस ਦੀ ਜੇ ਗੱਲ ਕਰਦੇ ਨੇ ਤਾਂ ਬਿਆਨ ਸਿੰਘ ਦੇ ਪਰਿਵਾਰ ਤੇ ਉਹਨਾਂ ਦੀ ਮੌਤ ਤੋਂ ਬਾਅਦ ਤੇਜ ਪ੍ਰਕਾਸ਼ ਸਿੰਘ ਕੋਟਲੀ ਕੈਬਨਿਟ ਮੰਤਰੀ ਉਹਨਾਂ ਦੀ ਬੇਟੀ ਗੁਰਕਵਲ ਕੌਰ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਐਮਐਲਏ ਰਵਨੀਤ ਬਿੱਟੂ ਮੈਂਬਰ ਪਾਰਲੀਮੈਂਟ ਬਾਜਵਾ ਸਾਹਿਬ ਦੇ ਪਰਿਵਾਰ ਚ ਸਤਨਾਮ ਸਿੰਘ ਬਾਜਵਾ ਮੰਤਰੀ ਉਹਨਾਂ ਦੀ ਡੈਥ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਮੰਤਰੀ ਰਾਜ ਸਭਾ ਮੈਂਬਰ ਫਤਿਹ ਸਿੰਘ ਬਾਜਵਾ ਐਮਐਲਏ ਪਾਂਡੇ ਸਾਹਿਬ ਆਪ 6 ਵਾਰੀ ਐਮਐਲਏ ਉਹਨਾਂ ਦੇ ਫਾਦਰ ਵੀ ਐਮਐਲਏ ਸੋ ਇਹ ਜਿਹੜੇ ਪਰਿਵਾਰ ਨੇ ਫਾਈਨੈਂਸ਼ੀਅਲ ਡਿਸਟ्रेस ਦੀ ਕੈਟਾਗਰੀ ਚ ਵੀ ਨਹੀਂ ਆਉਂਦੇ ਇਹ ਸਿੱਧੀ ਸਿੱਧੀ ਪੰਜਾਬ ਸਰਕਾਰ ਨੇ ਹੌਰਸ ਟ੍ਰੇਡਿੰਗ ਕੀਤੀ ਹੈ ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਨੂੰ ਖਤਰਾ ਪੈ ਗਿਆ ਸੀ ਕਿਸੇ ਨੂੰ ਡਿਪਟੀ ਸੀਐਮ ਕਿਸੇ ਨੂੰ ਮੰਤਰੀ ਜਿਹੜੇ ਉਹ ਕ੍ਰਾਈਟੇਰੀਆ ਚ ਨਹੀਂ ਆਉਂਦੇ ਸੀ ਉਹਨਾਂ ਦੇ ਮੁੰਡਿਆਂ ਨੂੰ ਸਰਕਾਰੀ ਨੌਕਰੀ ਦੇ ਕੇ ਖਰੀਦੋ-ਫਰੋਕਤ ਜਿਹੜੀ ਪੰਜਾਬ ਦੇ ਵਿੱਚ ਹੋਈ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਵਿਸ਼ਾ ਠੀਕ ਹੈ ਸੈਸ਼ਨ ਰੋਪੜ ਇਹ ਕਹਿ ਰਿਹਾ ਕਿ ਠੱਗੀ ਕੀਤੀ ਹੈ ਆਵਾਦੀ ਪਾਰਟੀ ਕਰੀਆ ਪੰਜਾਬ ਦੇ ਲੋਕਾਂ ਨਾਲ ਤੁਸੀਂ ਨਾਲ ਇਹ ਲੋਕ ਕਹਿ ਰਹੇ ਆ ਤੁਹਾਡੇ ਵਿਰੋਧੀ ਕਿ ਤੁਸੀਂ ਐਮਐਲਏ ਖਰੀਦੇ ਆ ਆਪਦੀ ਸਪੋਰਟ ਦੇ ਲਈ ਸਰ ਇਹ ਇਸਰਕੇ ਇਸ ਟਾਈਮਿੰਗ ਤੇ ਸਵਾਲਾ ਸੁਦੇਸ਼ ਸਿੰਘ ਰੋਪੜ ਜਿਹੜੀ ਟਾਈਮਿੰਗ ਤੁਸੀਂ ਜ਼ਿਕਰ ਕਰਦੇ ਪਏ ਨਾ ਕਾਂਗਰਸ ਦੇ ਕਲੇਸ਼ ਵਾਲੀ ਉਹ ਟਾਈਮਿੰਗ ਸਰ ਪਾਸੇ ਰੱਖ ਦਿਓ ਇਹ ਸਪੋਰਟ ਵਾਲੀ ਟਾਈਮਿੰਗ ਜ਼ਿਆਦਾ ਵੱਡੀ ਆ ਉਹ ਨਹੀਂ ਦੇਖੋ ਗੱਲ ਇਹ ਸਾਡੇ ਕੋਲ 80 ਐਮਐਲਏ ਆ ਤਿੰਨ ਹੋਰ ਵੀ ਆ ਗਏ ਸਾਨੂੰ ਐਮਐਲਏ ਦਾ ਤਾਂ ਉਹ ਕੋਈ ਇਹ ਤਾਂ ਤੋੜਿਆ ਹੀ ਨਹੀਂ ਹੈ ਜਿਹੜੀ ਇਹ ਠੱਗੀ ਦੀ ਗੱਲ ਹੈ ਇਹ ਇਹ ਲੈਂਗੁਏਜ ਤੱਡਾ ਸਾਹਿਬ ਨੂੰ ਮਵਾਰ ਕੇ ਉਹਦੀ ਪਾਰਟੀ ਨੂੰ ਮੁਬਾਰਕ ਠੀਕ ਹੈ ਚੱਡਾ ਸਾਹਿਬ ਵੀ ਜਿਹੜੇ ਆਰਟੀਕਲ ਦਿਖਾ ਰਹੇ ਹੈ ਇਹ ਵੀ ਆਰਟੀਕਲ ਕਾਂਗਰਸ ਦੇ ਪਲੇਟਫਾਰਮ ਤੋਂ ਹੀ ਟ੍ਰੇਨਿੰਗ ਲੈ ਕੇ ਆਏ ਹੋਏ ਨੇ ਜੇ ਅਸੀਂ ਚੱਡਾ ਸਾਹਿਬ ਦੀ ਗੱਲ ਕਰੀਏ ਇਹਨਾਂ ਦੇ ਫਾਦਰ ਵੀ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਹੇ ਨੇ 2002-2007 ਤੋਂ ਕਾਂਗਰਸ ਦੇ ਵੱਲੋਂ ਹੀ ਇਸ ਕਰਕੇ ਠੀਕ ਹੈ ਦੂਜੇ ਨੂੰ ਠੱਗ ਕਹਿਣਾ ਬੜਾ ਸੌਖਾ ਹੈ ਜਦੋਂ ਕੋ ਇਹ ਇਸ ਕਰਕੇ ਇਹਨਾਂ ਦੀ ਲੈਂਗੁਏਜ ਇਹਨਾਂ ਨੂੰ ਮੁਬਾਰਕ ਜੋ ਇਹ ਕਹਿੰਦੇ ਆ ਪਰ ਮੈਂ ਤਾਂ ਫਿਰ ਵੀ ਇਹਨਾਂ ਨੂੰ ਇਸ ਕਿਸਮ ਦੀ ਗੱਲ ਨਹੀਂ ਕਹੂੰਗਾ ਔਰ ਗੱਲ ਇਹ ਹੈ ਵੀ ਜਿਹੜੀ ਗੱਲ ਕਲੇਰ ਸਾਹਿਬ ਕਹਿੰਦੇ ਵੀ ਫਾਈਨੈਂਸ਼ੀਅਲ ਡਿਸਟ्रेस ਦੀ ਜੇ ਅੱਤ ਬਾਦ ਪੀੜਤਾਂ ਦੀ ਕੰਪੈਂਸ਼ਨੇਟ ਗਰਾਉਂਡ ਵਾਲੀ ਪਾਲਿਸੀ ਪੜ ਲੈਣ ਉਹਦੇ ਵਿੱਚ ਫਾਈਨੈਂਸ਼ੀਅਲ ਵਾਲੀ ਕਿਤੇ ਵੀ ਕੋਈ ਗੱਲ ਨਹੀਂ ਕੋਈ ਮੈਟਰ ਨਹੀਂ ਜੇ ਫਾਈਨੈਂਸ਼ੀਅਲ ਵਾਲੀ ਮੈਟਰ ਦੀ ਗੱਲ ਹੁੰਦੀ ਤਾਂ ਅਟਵਾਲ ਸਾਹਿਬ ਦੀ ਵਾਈਫ ਨੂੰ ਪੀਸੀਐਸ ਦੀ ਨੌਕਰੀ ਨਾ ਮਿਲਦੀ ਉਹਨਾਂ ਦੇ ਬੇਟੇ ਨੂੰ ਪੀਪੀਐਸ ਦੀ ਨੌਕਰੀ ਨਾ ਮਿਲਦੀ ਇਸ ਕਰਕੇ ਉਹਦੇ ਵਿੱਚ ਫਾਈਨੈਂਸ਼ੀਅਲ ਵਾਲਾ ਕੋਈ ਰੱਟਾ ਨਹੀਂ ਫਾਈਨੈਂਸ਼ੀਅਲ ਵਾਲੀ ਕੋਈ ਜਿਹੜੀ ਉਸ ਦੀ ਪਾਲਿਸੀ ਹੈਗੀ ਆਪਣੀ ਦੀ ਦੂਜੀ ਗੱਲ ਨਹੀਂ ਮੈਂ ਇਹ ਕੰਪਲੀਟ ਕਰਦਾ ਝੰਡਾ ਸਾਹਿਬ ਨੇ ਕਿਹਾ ਠੀਕ ਆ ਕੋਈ ਕਿਸੇ ਦਾ ਡਿਸਪਿਊਟ ਹੋਊਗਾ ਕਿਤੇ ਮਾਂ ਦਾ ਤੇ ਬੇਟੇ ਦਾ ਵੀ ਹੁੰਦਾ ਕਿਤੇ ਭਰਾ ਦਾ ਤੇ ਭਰਾ ਦਾ ਵੀ ਹੁੰਦਾ ਉਹ ਕੋਈ ਕੋਰਟ ਚ ਕੇਸ ਚੱਲਦਾ ਹੋਊਗਾ ਮੈਂ ਜ਼ਿੰਮੇਵਾਰੀ ਨਾਲ ਕਹਿ ਸਕਦਾ ਇੱਥੇ ਪੋਸਟਰ ਯਰ ਵੀ ਰੱਖੀ ਜਾਂਦੀ ਹੈ ਔਰ ਇੱਥੇ ਪੋਸਟਾਂ ਨੂੰ ਰਿਜ਼ਰਵ ਰੱਖਿਆ 10-10 ਸਾਲ ਬਾਅਦ ਵੀ ਦਿੱਤੀਆਂ ਨੇ ਇਹ ਚ ਕੋਈ ਰੱਟਾ ਨਹੀਂ ਵੀ ਜਿਹੜੀ ਇਹ ਗੱਲ ਕਹਿ ਰਹੇ ਨੇ ਇਹ ਗੱਲ ਮੈਂ ਬੜੇ ਤੁਹਾਨੂੰ ਝੁਮੇਵਰੀ ਨਾ ਕਿਹਾ ਕਿਉਂਕਿ ਮੈਂ ਐਜਟ੍ਰੇਡ ਯੂਨੀਸਟ 20 ਬੰਦਿਆਂ ਨੂੰ ਇਦਾਂ ਦੀ ਜੌਬ ਤੋਂ ਆਈ ਉਹ ਜਿਹੜੇ 15-15 ਸਾਲ ਬਾਅਦ ਰੱਖ ਵੀ ਰੱਖੀ ਹੋ ਉਹ ਤਾਂ ਉਹ ਬੱਚਾ ਬਾਲਗ ਨਹੀਂ ਸੀ ਬਾਲਗ ਹੋਇਆ ਤਾਂ ਅਸੀਂ ਉਹਨੂੰ ਉਦੋਂ ਬਾਅਦ ਨੌਕਰੀ ਦਿੱਤੀ ਚਲੋ ਰੋਪੜ ਸਾਹਿਬ ਇਹ ਚੱਡਾ ਸਾਹਿਬ ਦਾ ਨਿੱਜੀ ਮਸਲਾ ਤਾਂ ਹੈ ਨਹੀਂਗਾ ਚੱਡਾ ਸਾਹਿਬ ਕੀ ਕਹਿਣਾ ਚਾਹ ਰਹੇ ਹੋ ਤੁਸੀਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਆਪਣੀ ਗੱਲ ਬੜੀ ਲੰਬੀ ਚੌੜੀ ਕਹਿ ਕੇ ਅਖੀ ਹੋ ਗਿਆ ਉਹਦਾ ਕਲੇਮ ਬਾਅਦ ਚ ਬਣਿਆ ਉਹ ਚੀਜ਼ ਅਲੱਗ ਹੈ ਪਰ ਜਿਹੜੇ ਪਹਿਲੇ ਬਾਜਵਾ ਸਾਹਿਬ ਦੇ ਜਿਹੜੇ بیٹے ਦੀ ਗੱਲ ਹੈ ਉਹ 27 ਸਾਲ ਦੀ ਉਮਰ ਹੈ ਉਹਨਾਂ ਨੂੰ ਬਾਲਗ ਹੋਇਆ ਨੂੰ ਕਿੰਨੇ ਟਾਈਮ ਹੋ ਗਏ ਜੇ ਉਹਨਾਂ ਦਾ ਕਲੇਮ ਤੁਸੀਂ 12 ਸਾਲ ਬਾਅਦ ਜਾ ਕੇ ਮੰਗੋ ਉਹ ਨਹੀਂ ਮਿਲੇਗਾ ਨਾ ਹੀ ਬਹੁਤ ਸਾਰੇ ਨੌਜਵਾਨਾਂ ਨੂੰ ਮਿਲ ਰਿਹਾ ਕਿੰਨੇ ਕੇਸ ਦਾ ਮੇਰੇ ਕੋਲ ਖੁਦ ਦੇ ਕੋਲ ਨੇ ਜਿਹੜੇ 10 12 ਸਾਲ ਤੋਂ ਬਾਅਦ ਨਹੀਂ ਗਵਰਨਮੈਂਟ ਕੰਸੀਡਰ ਕਰ ਰਹੀ ਉਹਨਾਂ ਨੂੰ ਸਪੈਸ਼ਲੀ ਮਨਾ ਕਰ ਦਿੱਤਾ ਗਿਆ ਕਿ ਤੁਹਾਡਾ ਕੋਈ ਰਾਈਟ ਨਹੀਂ ਬਣਦਾ ਤਸ ਦੇ ਆਧਾਰ ਤੇ ਨੌਕਰੀ ਦੇ ਉੱਪਰ ਔਰ ਅਗਲੀ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਕਿ ਠੱਗੀ ਸ਼ਬਦ ਨਹੀਂ ਵਰਤਣਾ ਚਾਹੀਦਾ ਠੱਗੀ ਸ਼ਬਦ ਕਿਉਂ ਨਾ ਵਰਤਿਆ ਜਾਵੇ ਜਦੋਂ ਤੁਸੀਂ ਬਕਾਇਦਾ ਜਾ ਕੇ ਕਾਰਡ ਕਾਰਡ ਚਿਪ ਵਾਲੇ ਕਾਰਡ ਦੇ ਕੇ ਆਏ ਤੇ ਅੱਜ ਨੌਕਰੀਆਂ ਦੇਣ ਦੀ ਬਾਰੀ ਆਈ ਹੈ ਉਦੋਂ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਸਰਦਾ ਸੁਖਦੇਵ ਸਿੰਘ ਜੀ ਤੁਸੀਂ ਖੁਦ ਤੁਹਾਡੇ ਵਰਗੇ ਕਾਂਗਰਸ ਦੇ ਵਰਕਰ ਖੁਦ ਕਾਰਡ ਦੇ ਕੇ ਆਏ ਹੋਏ ਆ ਤੁਹਾਨੂੰ ਵੀ ਕੱਲ ਉਹਨਾਂ ਲੋਕਾਂ ਨੂੰ ਫੇਸ ਕਰਨਾ ਪੈਣਾ ਅੱਜ ਉਹਨਾਂ ਨੂੰ ਨੌਕਰੀ ਦੇਣ ਦੀ ਬਜਾਏ ਆਊਟ ਆਫ ਵੇ ਜਾ ਕੇ ਕਾਂਗਰਸੀ ਐਮਐਲਆ ਦੇ ਜਵਾਕਾਂ ਨੂੰ ਨੌਕਰੀਆਂ ਵੱਡੀਆਂ ਜਾਰੀਆਂ ਨੇ ਦਾਉ ਨਾ ਬੇਰਜ਼ਗਾਰ ਨੌਜਵਾਨਾਂ ਦੇ ਨਾਲ ਠੱਗੀ ਤਾਂ ਹੋਈ ਹੈ ਇਸ ਗੱਲ ਤੋਂਸੀਂ ਮੁਨਕਰ ਨਹੀਂ ਹੋ ਸਕਦੇ ਪਰ ਇਹ ਗੱਲ ਤੁਹਾਡੇ ਅੰਕੜੇ ਬੋਲਦੇ ਤੁਸੀਂ ਲੱਖਾਂ ਕਾਰਡ ਵੰਡੇ ਆਂ ਔਰ ਸਿਰਫ 42 ਬੇਰਜ਼ਗਾਰਾਂ ਨੂੰ ਬੇਰਜ਼ਗਾਰੀ ਪੱਤਾ ਮਿਲਿਆ ਚਲੋ ਮੈਂ ਛੋਟਾ ਬ੍ਰੇਕ ਲੈ ਕੇ ਵਾਪਸ ਆ ਰਿਹਾ ਬ੍ਰੇਕ ਤੋਂ ਵਾਪਸ ਆਵਾਂਗੇ ਤਾਂ ਸਵਾਲੇ ਹੋਣਾ ਚਾਹੀਦਾ ਹੈ ਭਾਈ ਭਤੀਜਾਵਾ ਦਾ ਮਾਮਲਾ ਚੜਾ ਉਹ ਆਜ ਤਾਂ ਨਹੀਂ ਗਾ ਬਹੁਤ ਪੁਰਾਣਾ ਮਾਮਲਾ ਹੈ ਭਾਈ ਭਤੀਜਾਵਾ ਦਾ ਮਾਮਲਾ ਜੇ ਹੁਣ ਕਾਂਗਰਸ ਵਿੱਚ ਉੱਠਿਆ ਹੈਗਾ ਤੇ ਇਹਦਾ ਚੈਲੰਜ ਹੈ ਜਿਹੜਾ ਫਤਿਹ ਜੰਗਸੇ ਬਾਜਵਾ ਨੇ ਕੀਤਾ ਉਹ ਚੈਲੰਜ ਕੌਣ-ਕੌਣ ਕਬੂਲ ਕਰੂਗਾ ਸਵਾਲ ਤਾਂ ਇਹ ਹੋ ਵਟਾ ਸਵਾਲੀ ਕੋ ਪੁੱਛ ਰਹੇ ਆ ਵਿਧਾਇਕ ਫਤੇਜੰਗ ਸਿੰਘ ਬਾਜਪਾ ਦੇ ਪੁੱਤ ਨੇ ਨੌਕਰੀ ਛੱਡ ਕੌਣ ਕਸੂਤੇ ਫਸ ਆਇਆ ਸੋ ਦੇਸਰ ਰੋਪੜ ਕਸੂਤੇ ਦਾ ਫਸ ਕੇ ਕੈਪਟਨ ਮਰਿੰਦਰ ਸਿੰਘ ਵੀ ਕਸੂਤੇ ਫਸ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਪਾ ਸੁਖ ਸਰਕਾਰੀਆ ਸੁਨੀਲ ਜਾਖੜ ਬਹੁਤ ਲੰਬੀ ਲਿਸਟ ਹੋਊਗੀ ਸਰ ਕਾਂਗਰਸੇ ਕੋਲੇ ਖੁਦ ਹੋਊਗੀ ਸਰ ਸਰ ਫਤੇਜੰਗ ਸਿੰਘ ਬਾਜਪਾ ਦਾ ਚੈਲੰਜ ਕੋਈ ਕਬੂਲ ਕਰੂਗਾ ਰੋਪੜ ਸਾਹਿਬ ਨਹੀਂ ਇਹ ਤੁਸੀਂ ਇਹਨਾਂ ਦੇ ਨਾਮ ਕਿਉਂ ਲੈ ਰਹੇ ਆ ਉਹਨਾਂ ਨੇ ਤਾਂ ਡਾਂਸ ਦਾ ਪ੍ਰਕਾਸ਼ ਸਿੰਘ ਬਾਦਲ ਦਾ ਵੀ ਲਿਆ ਸੁਖਵੀਰ ਸਿੰਘ ਬਾਦਲ ਦਾ ਵੀ ਲਿਆ ਸਰਦਾਰ ਆ ਆਪਣਾ ਬੀਬੀ ਹਰਸਿਮਰਤ कौर ਬਾਦਲ ਦਾ ਵੀ ਲਿਆ ਔਰ ਸਦਾ ਬਿਕਰਮਜੀ ਸਿੰਘ ਜੀਠੀਆ ਦਾ ਵੀ ਲਿਆ ਤੇ ਚੈਲੰਜ ਤਾਂ ਸਾਰਿਆਂ ਵਾਸਤੇ ਕੀਤਾ ਉਹਨਾਂ ਨੇ ਜਿਹੜੇ ਜਿਹੜੇ ਕਿ ਜਿਹੜੇ ਕਿ ਪਰਿਵਾਰ ਦੇ ਅੱਗੇ ਮੈਂਬਰ ਜਿਹੜੇ ਨੇ ਪੋਲਿਟਿਕਸ ਦੇ ਵਿੱਚ ਆਏ ਨੇ ਉਹ ਤਾਂ ਸਾਰਿਆਂ ਦੇ ਲਿਆ ਔਰ ਇਨਕਲੂਡਿੰਗ ਉਹ ਖੁਦ ਵੀ ਨੇ ਉਹਨਾਂ ਦੇ ਫਾਦਰ ਜਿਹੜੇ ਸੀਗੇ ਉਹ ਐਮਐਲਏ ਰਹੇ ਉਹਨਾਂ ਦੇ ਵੱਡੇ ਭਰਾ ਐਮਐਲਏ ਰਹੇ ਮੰਤਰੀ ਰਹੇ ਐਮਪੀ ਨੇ ਉਹ ਆਪ ਵੀ ਨੇ ਤੇ ਉਹਨਾਂ ਦਾ ਬੇਟਾ ਵੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ ਇਸ ਕਰਕੇ ਇਹ ਤਾਂ ਜੇ ਉਹ ਚੈਲੰਜ ਦੀ ਗੱਲ ਹੈ ਇਹ ਸਾਰਿਆਂ ਵਾਸਤੇ ਹੀ ਹੈ ਫਿਰ ਆਪਾਂ ਸਰ ਇਹ ਕਹੀਏ ਰੋਪੜ ਸਾਹਿਬ ਆਪਾਂ ਇਹ ਕਹੀਏ ਕੇਜਰੀਵਾਲ ਸਾਹਿਬ ਇੱਕ ਗੱਲ ਕਹਿੰਦੇ ਮੈਨੂੰ ਉਹਨਾਂ ਦੀ ਉਹ ਗੱਲਤ ਵਧੀਆ ਲੱਗਦੀ ਆ ਬਾਕੀ ਤਾਂ ਮੈਂ ਨਹੀਂ ਕਹਿੰਦਾ ਉਹ ਕਹਿੰਦੇ ਸਭ ਮਿਲੇ ਹੋਏ ਆ ਜੀ ਇਹਨਾਂ ਵਿੱਚ ਸਭ ਮਿਲੇ ਹੋਏ ਆ ਜੀ ਦੇਖੋ ਮੈਂ ਇੱਕ ਗੱਲ ਇਹ ਆ ਕੇਜਰੀਵਾਲ ਸਾਹਿਬ ਦੇ ਵੀ ਮੈਂ ਤੁਹਾਨੂੰ ਕੱਢ ਦਿੰਨਾ ਇਸ ਕਰਕੇ ਜੇ ਤੁਸੀਂ ਕਹੋ ਸਭ ਮਿਲੇ ਹੋਏ ਆ ਉਹ ਜੋ ਮਰਜੀ ਤੁਸੀਂ ਕਹਿ ਸਕਦੇ ਹੋ ਪਰ ਮੈਂ ਇੱਕ ਗੱਲ ਜ਼ਰੂਰ ਜਾਣਦਾ ਵੀ ਇਹ ਇੱਕ ਇਕੱਲੇ ਜਿਹੜੇ ਬੰਦਿਆਂ ਦੇ ਤੁਸੀਂ ਨਾਂ ਲਏ ਆ ਉਹਨਾਂ ਦੇ ਨਹੀਂ ਬਹੁਤ ਸਾਰੇ ਪੋਲੀਟੀਕਲ ਬੰਦਾਂ ਦੇ ਪਰਿਵਾਰ ਨੇ ਔਰ ਸਭ ਤੋਂ ਵੱਧ ਜਿਹੜੇ ਮੈਂਬਰ ਨੇ ਜੇ ਕਿਸੇ ਪੋਲੀਟੀਕਲ ਪਰਿਵਾਰ ਦੇ ਪੋਲੀਟਿਕਸ ਦੇ ਵਿੱਚ ਨੇ ਤਾਂ ਉਹ ਸਦਾ ਪ੍ਰਕਾਸ਼ ਨੂੰ ਬਾਦਲ ਨੇ ਚਿੱਠੀ ਠੀਕ ਹੈ ਕਲियर ਸਾਹਿਬ ਬਾਦਲ ਪ੍ਰਵਾਤ ਤੇ ਇਲਜ਼ਾਮ ਲਾਦੇ ਪਏ ਆ ਰੋਪੜ ਸਾਹਿਬ ਵੀ ਲਾ ਰਹੇ ਆ ਫਤਿਹਜੰਗ ਸਿੰਘ ਬਾਜਵਾ ਨੇ ਵੀ ਲਾਇਏ ਸੀਗੇ ਹੁਣ ਸਰ ਇਹਨਾਂ ਨੇ ਤੁਹਾਡੇ ਤੇ ਪਾਤੀ ਤੁਸੀਂ ਇਹਨਾਂ ਤੇ ਪਾ ਦਿਓ ਬਸ ਇਹੀ ਕਰੀ ਜਾਓ ਸਰ ਕਲियर ਸਾਹਿਬ ਕਿਪਰੀ ਗੱਲ ਇਹ ਹੈ ਵੀ ਬਾਦਲ ਪਰਿਵਾਰ ਨੇ ਕਦੇ ਤਰਸ ਦੇ ਆਧਾਰ ਤੇ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਨੌਕਰੀ ਨਹੀਂ ਦਿਵਾਈ ਗੱਲ ਅੱਜ ਦਾ ਵਿਸ਼ਾ ਇਹ ਹੈ ਔਰ ਇਲੈਕਟਰਲ ਪੋਲਿਟਿਕਸ ਹਾਂ ਇਲੈਕਟਰਲ ਪੋਲਿਟਿਕਸ ਤੇ ਮੈਂ ਇੱਕ ਗੱਲ ਮੰਨਦਾ ਕਿ ਜਿਹਨੂੰ ਲੋਕ ਪਸੰਦ ਕਰਦੇ ਨੇ ਉਹਨੂੰ ਵੋਟ ਪੈਂਦੀ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਾਰ ਜ਼ੋਰ ਲਾ ਲਿਆ ਆਪਦੇ ਮੁੰਡੇ ਨੂੰ ਚੋਣ ਲੜਾ ਕੇ ਦੇਖ ਲਈ ਲੋਕਾਂ ਨੇ ਨਕਾਰਤਾ ਘਰ ਬਿਠਾਤਾ ਜ਼ੋਰ ਉਹਨਾਂ ਨੇ ਵੀ ਬਹੁਤ ਲਾਇਆ ਨਹੀਂ ਭਾਈ ਭਾਈ ਭਤੀਜਵਾਦ ਦਾ ਜਿਹੜਾ ਮਸਲਾ ਕਲੇਰ ਸਾਹਿਬ ਕਲੇਰ ਸਾਹਿਬ ਭਾਈ ਭਤੀਜਵਾਦ ਦਾ ਜਿਹੜਾ ਮਸਲਾ ਤੁਸੀਂ ਉਹਨੂੰ ਨਹੀਂ ਮੰਨਦੇ ਉਹ ਮਸਲਾ ਕੋਈ ਨਹੀਂ ਹੈਗਾ ਕੇ ਪੀਜੀ ਇਲੈਕਟਰਲ ਪੋਲਿਟਿਕਸ ਦੇ ਵਿੱਚ ਲੋਕ ਜਿਹਨੂੰ ਐਕਸੈਪਟ ਕਰਦੇ ਨੇ ਉਹੀ ਬਣਦਾ ਹੈ ਅਗਰ ਚੋਣ ਭਾਈ ਭਤੀਜਾ ਬਾਅਦ ਚ ਚੋਣ ਲੜਾ ਸਕਦੇ ਹੋ ਪਰ ਜੇ ਲੋਕ ਨਕਾਰ ਦੇਣ ਤਾਂ ਉਹ ਬੰਦਾ ਨਕਾਰਿਆ ਜਾਂਦਾ ਜਿੱਦਾਂ ਮੈਂ ਕਿਹਾ ਕਿ ਰਣੇਂਦਰ ਨੂੰ ਦੋ ਵਾਰੀ ਲੋਕ ਨਕਾਰ ਚੁੱਕੇ ਨੇ ਅੱਜ ਕਾਂਗਰਸ ਦੇ ਵਿੱਚ ਆਪਸੀ ਗੁੱਟਬੰਦੀ ਜਗਜਾਹਰ ਹੋ ਰਹੀ ਹੈ ਕਿ ਕਿਸ ਤਰੀਕੇ ਦਾ ਕਲੇਸ਼ ਹੈ ਕਿਸ ਤਰੀਕੇ ਦਾ ਅਨਰੈਸਟ ਕਾਂਗਰਸ ਦੇ ਵਿੱਚ ਹੈ ਉਹਦਾ ਕਾਰਨ ਕੇਪੀਜੀਏ ਹੈ ਕਿ ਜੋ ਇਹਨਾਂ ਨੇ ਗੁਟਕਾ ਸਾਫ ਫੜ ਕੇ ਵਾਅਦੇ ਕੀਤੇ ਸੀ ਉਹ ਵਾਅਦੇ ਨਹੀਂ ਪੂਰੇ ਹੋਏ ਚਾਹੇ ਘਰ ਘਰ ਨੌਕਰੀ ਹੋਵੇ ਪਿੰਡ ਕਰਜ਼ਾ ਮਾਫੀ ਹੋਵੇ ਨਸ਼ਾ ਮੁਕਤ ਪੰਜਾਬ ਹੋਵੇ ਸੋ ਉਹ ਤਾਂ ਅਨਰੈਸਟ ਹੈ ਪਤਾ ਲੋਕਾਂ ਦੇ ਵਿੱਚ ਜਾ ਨਹੀਂ ਸਕਦੇ ਪਿੰਡਾਂ ਦੇ ਵਿੱਚ ਲੋਕਾਂ ਨੇ ਵੜਨ ਦੀ ਕੋਸ਼ਿਸ਼ ਕੀਤੀ ਠੀਕ ਹੈ ਸਰ ਠੀਕ ਹੈ ਬਹੁਤ ਚੀਜ਼ ਕਰਕੇ ਆਪਸ ਚ ਇਲਜ਼ਾਮ ਤਰਾਸ਼ੀਆਂ ਦਾ ਜਿਹੜਾ ਤੌਰ ਹੈ ਚਲੋ ਠੀਕ 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 ਕਰਦੇ ਆ ਕਾਂਗਰਸ ਔਰ ਜਿਹੜੀ ਸਭ ਤੋਂ ਨਵੀਂ ਗੱਲ ਹੋਈ ਹੈ ਕਿ 10 ਜਨਪਥ ਉੱਥੋਂ ਬੈ ਕੇ ਟਰਮਸ ਡਿਕਟੇਟ ਕਰ ਰਹੇ ਕਿ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਇਹ ਤਾਂ ਹਾਲਾਤ ਬਣ ਗਏ ਨੇ ਕਾਂਗਰਸ ਦੇ ਕਿ ਇਹਨਾਂ ਨੂੰ ਆਪ ਨੂੰ ਸਮਝ ਨਹੀਂ ਆ ਰਹੀ ਕਿ ਹੁਣ ਕਰੀਏ ਕੀ ਠੀਕ 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 ਹੈ ਅਬਰਾਸਮਜੀਤ ਸਿੰਘ ਸਰ ਇਹ ਦੋ ਨੌਕਰੀਆਂ ਵਾਲਾ ਮੁੱਦਾ ਜੇ ਛੱਡ ਕੇ ਆਪਾਂ ਭਾਈ ਭਤੀਜਾਵਾ ਤੇ ਫੋਕਸ ਕਰੀਏ ਤਾਂ ਮੈਨੂੰ ਲੱਗਦਾ ਉਹ ਮੁੱਦਾ ਸਭ ਤੋਂ ਵੱਡਾ ਹੋਣਾ ਚਾਹੀਦਾ ਪਰ ਉਹ ਮੁੱਦਾ ਸਰ ਇਹਨਾਂ ਪਾਰਟੀਆਂ ਨੇ ਇਹਨਾਂ ਸਿਆਸਤ ਨੇ ਛੋਟਾ ਕਰ ਦਿੱਤਾ ਹੈ ਕਿਉਂਕਿ ਇਹਨਾਂ ਦਾ ਤਰਕ ਹਮੇਸ਼ਾ ਇਹ ਹੁੰਦਾ ਹੈ ਕਿ ਜੇ ਡਾਕਟਰ ਦਾ ਮੁੰਡਾ ਡਾਕਟਰ ਬਣ ਸਕਦਾ ਹੈ ਸਾਇੰਸਾਂ ਦਾ ਮੁੰਡਾ ਸਾਇੰਸਾਂ ਬਣ ਸਕਦਾ ਹੈ ਤੇ ਪੋਲੀਟਿਕਲ ਲੀਡਰ ਦਾ ਮੁੰਡਾ ਪੋਲੀਟਿਕਸ ਚ ਆਊਗਾ ਨਾ ਸਰ ਇਹਨਾਂ ਚ ਤਕਲੀਫ ਕੀ ਹੈ ਦੇਖੋ ਮੈਂ ਪਿਛਲੀ ਸੈਗਮੈਂਟ ਤੇ ਇਹ ਬਿਨਾ ਸ਼ਬਦ ਵਰਤਿਆਂ ਭਾਈ ਭਤੀਜਾਵਾਦ ਗੱਲ ਮੈਂ ਇਹੋ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਤ ਇਹੋ ਜੇ ਬਣ ਗਏ ਇਹ ਸ਼ਬਦ ਵਰਤੇ ਐਡਜਸਟ ਕਰਨਾ ਵੀ ਹੁਣ ਮੈਂ ਤੇ ਰਹਿ ਗਿਆ ਜਿਹੜੇ ਦੇ ਐਮਐਲਏ ਜਿੱਤ ਗਏ ਉਹ ਤੇ ਜਿੱਤ ਗਏ ਜਿਹੜੇ ਹਾਰ ਗਏ ਉਹ ਹਲਕਾ ਚਾਰਜ ਬਣ ਗਏ ਤੁਸੀਂ ਹਾਲਤ ਤੇ ਦੇਖੋ ਦੇਸ਼ ਦੀ ਕੀ ਬਣੀ ਹੋਈ ਆ ਪੰਜਾਬ ਦੀ ਵੀ ਉਹੋ ਹੀ ਹਾਲਤ ਆ ਫਿਰ ਜਿਹੜੇ ਨਹੀਂ ਰਹਿੰਦੇ ਮੈਂ ਜਿਵੇਂ ਕਿਹਾ ਕਿ ਉਹ ਅਡਜਸਟ ਕਰਨ ਦੇ ਨਾਂ ਦੇ ਉੱਤੇ ਕੋਈ ਚੇਅਰਮੈਨ ਆ ਕੋਈ ਕਿਤੇ ਆ ਕੋਈ ਜ਼ਿਲ੍ਹਾ ਪ੍ਰੀਸ਼ਦ ਵਾਲੀ ਟੇਰ ਆ ਕੋਈ ਕਿਤੇ ਆ ਜਿਹੜੇ ਬਾਕੀ ਫਿਰ ਰਹਿ ਜਾਂਦੇ ਆ ਸਾਡੇ ਕੋਲ ਹੋਰ ਚੀਜ਼ਾਂ ਬਹੁਤ ਆ ਸ਼ਰਾਬ ਦੇ ਠੇਕੇ ਆ ਰੇਤਾ ਬਜਰੀ ਆ ਉਹਦੇ ਚ ਟਰੱਕਾਂ ਦੇ ਉਹਦੇ ਚ ਉਹਨੂੰ ਕੰਪਨਸੇਟ ਕਰੋ ਸਾਡੀ ਅਜੀਬ ਕਿਸਮ ਦੀ ਹੋ ਗਈ ਆ ਰਾਜਨੀਤੀ ਕੱਲਾ ਭਾਈ ਭਤੀਜਾਵਾਦ ਨੌਕਰੀਆਂ ਜਾਂ ਚੇਅਰਮੈਨੀਆਂ ਦੇਣੀਆਂ ਜਾਂ ਹੋਰ ਕਿਸੇ ਦੇ ਸਰਕਾਰੀ ਖਰਚੇ ਦੇ ਉੱਤੇ ਸਰਕਾਰੀ ਖਜ਼ਾਨੇ ਨੂੰ ਕਿਵੇਂ ਚੂਨਾਉਣਾ ਉਹਦੇ ਤੇ ਨਹੀਂ ਹੈ ਜਿਹੜੇ ਸਾਡੇ ਦੇਸ਼ ਦੇ ਜਾਂ ਸੂਬੇ ਦੇ ਕੁਦਰਤੀ ਸਰ ਸਾਧਨ ਹੈਗੇ ਰਿਸੋਰਸ ਹੈਗੇ ਜਿੱਥੋਂ ਰੈਵਨਿਊ ਆਉਣਾ ਉਹਦੀ ਲੁੱਟ ਕਰਵਾਉਣ ਲੱਗ ਜਾਂਦੇ ਆ ਇਸ ਲਈ ਕਾਫੀ ਕੁਝ ਸੁਧਾਰ ਦੀ ਲੋੜ ਹੈਗੀ ਆ ਬੜੇ ਸਿਆਣੇ ਪ੍ਰਵਕਤਾ ਬੈਠੇ ਆ ਮੈਨੂੰ ਪਤਾ ਕਿ ਉਹ ਸਾਰੇ ਇਹ ਗੱਲਾਂ ਨੂੰ ਪਸੰਦ ਨਹੀਂ ਕਰਦੇ ਪਰ ਪਾਰਟੀਆਂ ਪਾਰਟੀਆਂ ਦੇ ਵਿੱਚ ਹੁੰਦੇ ਹੋયા ਉਹ ਇਸ ਗੱਲ ਨੂੰ ਦੇਖਦੇ ਵੀ ਆ برداشت ਵੀ ਕਰਦੇ ਆ ਤੇ ਚੁੱਪ ਵੀ ਰਹਿੰਦੇ ਆ ਕਿ ਵੇਲਾ ਆ ਗਿਆ ਮੂੰਹ ਖੋਲਣ ਦਾ ਬੋਲਣ ਦਾ ਜੋ ਪੰਜਾਬ ਵੀ ਹਾਲਾਤ ਅੱਜ ਦੇ ਹੈ ਇਹ ਬਹੁਤ ਸਰ ਇਹਨਾਂ ਨੂੰ ਵੀ ਡਰ ਲੱਗਦਾ ਪ੍ਰਸੰਜੀ ਸਰ ਵੈਸੇ ਮੈਨੂੰ ਕਹਿਣਾ ਨਹੀਂ ਚਾਹੀਦਾ ਪ੍ਰਸੰਜੀ ਇਹਨਾਂ ਨੂੰ ਵੀ ਡਰ ਲੱਗਦਾ ਸਰ ਜਿਹੜੀਆਂ ਪਾਰਟੀਆਂ ਚ ਹੈਗੇ ਉੱਥੋਂ ਨਾ ਕਿਤੇ ਨੌਕਰੀ ਚਲੀ ਜਾਵੇ ਮਸਲਾ ਨੌਕਰੀ ਦਾ ਸਰ ਨਹੀਂ ਸਾਰੇ ਇਹੋ ਜਿਹੇ ਨਹੀਂ ਹੈ ਪਰ ਇੱਕ ਕੁਦਰਤੀ ਹੈ ਜੇ ਬੌਕਸਮੈਨ ਆਉਂਦੇ ਆ ਮੇਰੇ ਵੀਰ ਆਉਂਦੇ ਸਾਰੇ ਤਾਂ ਉਹ ਇੱਕ ਤੇ ਪਾਰਟੀ ਨੂੰ ਰਿਪਰੈਜ਼ੈਂਟ ਕਰ ਲਈਏ ਬਾਉਂਡ ਹੁੰਦੇ ਆ ਔਰ ਦੂਸਰਾ ਇਹ ਕਾਬੀਦ ਵੀ ਹੁੰਦੀ ਹੈ ਕਿ ਐਸੀ ਨਹੀਂ ਪਾਰਟੀ ਨੇ ਲਈਏ ਸਾਨੂੰ ਵੀ ਦੇ ਕੁਝ ਜਿਹੜਾ ਉਹਦਾ ਕੋਈ ਨਾ ਕੋਈ ਉਸਦਾ ਅਡਜਸਟਮੈਂਟ ਹੋਣੀ ਚਾਹੀਦੀ ਕਿਤਨਾ ਕਿਹਦੇ ਭਾਵੇਂ ਕੋਈ ਟਿਕਟ ਮਿਲੇ ਜਾਂ ਕਿੱਦਾਂ ਮਿਲੇ ਉਹ ਕੋਈ ਮਾੜੀ ਗੱਲ ਨਹੀਂ ਮਿਹਨਤ ਕਰ ਰਹੇ ਹੁਣਾ ਵੀ ਚਾਹੀਦਾ ਪਰ ਜਿਹੜਾ ਦੂਸਰੇ ਪਾਸੇ ਆ ਕਿ ਹਰ ਹਾਲਤ ਕਿਸੇ ਨੂੰ ਕਰਨਾ ਉਹ ਮਾੜੀ ਗੱਲ ਆ ਜਿਵੇਂ ਹੁਣ ਹਲਕਾ ਇੰਚਾਰਜ ਦਾ ਕਿੱਥੋਂ ਨਿਕਲ ਆ ਜੀ ਉੱਥੇ ਜਿਹੜੇ ਵਿਰੋਧੀ ਪਾਰਟੀ ਦਾ ਐਮ.ਐਲ.ਏ ਬਣਿਆ ਉਹਨੂੰ ਕੋਈ ਨਹੀਂ ਪੁੱਛਦਾ ਜਿਹੜਾ ਹਾਰਿਆ ਬੰਦਾ ਉਨ ਨੂੰ ਅਡਜਸਟ ਕਰਨ ਦੇ ਦਿਆ ਜੀ ਤੇਰੀ ਠਾਣਿਆਂ ਚ ਸੁਣੀ ਜਾਊ ਤੇਰੀ ਕੋਟਕਚਾਰੀਆਂ ਦੇ ਡੀਸੀ ਤੇਰੀ ਸੁਣੂਗਾ ਜਿੱਤੇ ਹੋਏ ਵਿਰੋਧੀ ਪਾਰਟੀ ਦਾ ਜਿਹੜਾ ਐਮਐਲਏ ਐਮਪੀ ਦਾ ਨਹੀਂ ਕੋਈ ਸੁਣੂਗਾ ਇਸ ਲਈ ਇਹ ਮਾੜੀਆਂ ਗੱਲਾਂ ਆ ਇਹਦੇ ਤੋਂ ਮੁਕਤ ਕਰਾਉਣ ਦੀ ਲੋੜ ਆ ਸਾਡੇ ਪੰਜਾਬ ਦੀ ਠੀਕ ਆ ਸਰ ਦਨੇਸ਼ ਛੱਡਾ ਅਡਜਸਟਮੈਂਟ ਹਰਤੀ ਪੋਦੀ ਹੋਣੀ ਚਾਹੀਦੀ ਹੈ ਜਿਹੜਾ ਪੜਿਆ ਲਿਖਿਆ ਹੈ ਜਿਹੜਾ ਕਾਬਿਲ ਹੈ ਪਰ ਇਸ ਅਡਜਸਟਮੈਂਟ ਵਿੱਚ ਸਿਰਫ ਪੋਲਿਟਿਕਸ ਹੀ ਅਡਜਸਟ ਕਿਉਂ ਹੋ ਰਹੀ ਹੈ ਪੋਲਿਟੀਕਲ ਲੋਕ ਹੀ ਅਡਜਸਟ ਕਿਉਂ ਹੋ ਰਹੀ ਹੈ ਬਾਕੀ ਜਿਹੜਾ ਆਰਟੀਆਈ ਦੇ ਵਿੱਚ ਜਿਹੜੇ ਫੈਕਟਸ ਤੁਹਾਡੇ ਸਾਡੇ ਕੋਲੇ ਪਹੁੰਚੇ ਆ ਉਸ ਫੈਕਟ ਦੇ ਵਿਚਾਰੇ ਤਾਂ ਬਹੁਤ ਕੁਝ ਇਹੋ ਜਿਹਾ ਜਿਹੜਾ ਕਿ ਸਰਕਾਰ ਕੋਲੇ ਜਵਾਬ ਵੀ ਨਹੀਂ ਹੈਗਾ ਉਹਨਾਂ ਦਾ ਗੱਲ ਇਹ ਹੈ ਕਿ ਇੱਕ ਪਾਸੇ ਤਾਂ ਪੋਲਿਟਿਕਲ ਲੋਕਾਂ ਦੀ ਅਡਜਸਟਮੈਂਟ ਹੋ ਰਹੀ ਹੈ ਦੂਜੇ ਪਾਸੇ ਜਿੱਥੇ ਬਾਰੀ ਆਦੀ ਹੈ ਆਮ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਆਮ ਮੁੰਡਿਆਂ ਨੂੰ ਰੁਜ਼ਗਾਰ ਦੇਣ ਦੀ ਉੱਥੇ ਗਵਰਨਮੈਂਟ ਸਿਰਫ ਅੰਕੜਿਆਂ ਦੀ ਅਡਜਸਟਮੈਂਟ ਕਰ ਰਹੀ ਹੈ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਸੜਕਾਂ ਦੇ ਉੱਪਰ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਕਿ 16 ਲੱਖ ਨੌਕਰੀਆਂ ਦਿੱਤੀਆਂ ਸੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਆ ਰਹੇ ਨੇ ਪੁਰਾ ਸਭ ਮੇਰੇ ਸਾਡੇ ਸਾਰਿਆਂ ਦੇ ਦਿਮਾਗ 'ਚ ਸਵਾਲ ਆਉਂਦਾ ਕਿ ਯਾਰ ਸਾਡੇ ਪਿੰਡ 'ਚ ਤਾਂ ਇਸ ਹਿਸਾਬ ਨਾਲ ਕਿ 100 200 ਨੌਕਰੀ ਮਿਲਣੀ ਚਾਹੀਦੀ ਸੀ ਜੇ ਪੂਰੇ ਪੰਜਾਬ ਸੋਣ ਲੱਖ ਨੌਕਰੀ ਮਿਲੀ ਹੈ ਹੁਣ ਤਾਂ 20 ਲੱਖ ਕਹਿਣ ਲੱਗ ਗਏ ਪਰ ਨੌਕਰੀਆਂ ਸਾਡੇ ਵਾਲੇ ਰੋਡ 'ਤੇ ਕਿਤੇ ਮਿਲੀਆਂ ਨਹੀਂ ਇਹ ਚੀਜ਼ ਲੱਭਣ ਦੇ ਲਈ ਕਿ ਉਹ 12 ਦਿਨੇ ਛੱਡਾ ਮਾਫ ਕਰਨਾ ਵੈਸੇ ਆਮ ਆਦੀ ਪਾਰਟੀ ਦਿੱਲੀ ਸਰਕਾਰ ਆ ਉੱਥੇ ਵੀ ਉਹ ਜਾ ਮਸਲਾ ਹੈਗਾ ਨੌਕਰੀਆਂ ਦਾ ਉੱਥੇ ਵੱਡੇ ਵੱਡੇ ਬੋਰਡ ਲੱਗੇ ਹੋਏ ਜੇ ਤੁਸੀਂ ਦਿੱਲੀ ਗਏ ਹੋ ਤਾਂ ਦੇਖੇ ਹੋਣਗੇ ਤੁਸੀਂ ਜੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇਤਿਹਾਰ ਵੀ ਤੁਹਾਨੂੰ ਮਗਾ ਕੇ ਦੇ ਦੂੰਗਾ ਉੱਥੇ ਕਿਹੜੇ ਕਿਹੜ ਗਲਤ ਮਾਫ ਕਰਨ ਵਾਲੀ ਗਲਤੀ ਤੁਸੀਂ ਤਾਂ ਕਹੋ ਜਿੱਤੇ ਸੀ ਸਾਡੀ ਗੱਲ ਕਿਉਂਕਿ ਮੈਂ ਦਿੱਲੀ ਦੇ ਪੋਲਿਟਿਕਸ ਤੇ ਲੈ ਕੇ ਨਹੀਂ ਜਾਣਾ ਚਾਹੁੰਦਾਗਾ ਪਰ ਤੁਸੀਂ ਗੱਲ ਕੀਤੀ ਲੈ ਕੇ ਗਏ ਹੋ ਤੁਸੀਂ ਗੱਲ ਕੀਤੀ ਨਾ ਫਲੈਕਸ ਲੱਗੇ ਵੱਡੇ ਵੱਡੇ ਉੱਥੇ ਵੀ ਲੱਗੇ ਸਰ ਕੋਈ ਗੱਲ ਨਹੀਂ ਜੀ ਲੱਖਾਂ ਲੋਕ ਦੇਖ ਰਹੇ ਨੇ ਤੁਸੀਂ ਲੈ ਕੇ ਗਏ ਹੋ ਉਹਦਾ ਜਵਾਬ ਵੀ ਲੈ ਲਿਓ ਇਹ ਦੇ ਦਿੱਲੀ ਦੇ ਵਿੱਚ ਇਸ਼ਤਿਹਾਰ ਲੱਗੇ ਹੋਣੇ ਤਾਂ ਦਿੱਲੀ ਦੇ ਵਿੱਚ ਨੌਜਵਾਨ ਪੰਜਾਬ ਦੇ ਵਾਂਗੂ ਟੈਂਕੀਆਂ ਤੇ ਤੁਹਾਨੂੰ ਚੜੇ ਹੋਏ ਕਿਤੇ ਨਹੀਂ ਮਿਲਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਕਿ ਸਾਨੂੰ ਸਰਕਾਰ ਰੁਜ਼ਗਾਰ ਨਹੀਂ ਦੇਦੀ ਉੱਥੇ ਜਿੰਨੇ ਸਾਧਨ ਰੁਜ਼ਗਾਰ ਦੇ ਸਾਧਨ ਦੀ ਲੋੜ ਹੈ ਉਹਨੇ ਦਿੱਲੀ ਦੇ ਨੌਜਵਾਨਾਂ ਨੂੰ ਗਵਰਨਮੈਂਟ ਵੱਲੋਂ ਦਿੱਤੇ ਗਏ ਨੇ ਰੋਜ਼ਗਾਰ ਦੇ ਲਈ ਧਰਨੇ ਰੋਜ਼ਗਾਰ ਦੇ ਲਈ ਟੈਂਕੀਆਂ ਉੱਪਰ ਚੜ੍ਹਨ ਦੀ ਗੱਲ ਮਿਲੀ ਹੋਵੇ ਜਿਵੇਂ ਪੰਜਾਬ ਦੇ ਵਿੱਚ ਮੰਤਰੀਆਂ ਦਾ ਘਰਾਓ ਜਿਹੜਾ ਕੀਤਾ ਜਾ ਰਿਹਾ ਹੈ ਉਹ ਜਿਹੜੇ ਮੈਨੂੰ ਮੈਨੂੰ ਯਾਦ ਕਰਾਉਣਾ ਚਾਹੀਦਾ ਤੁਹਾਨੂੰ ਤੁਹਾਡੇ ਜਰਨਲਿਸਟ ਜਿਹੜੇ ਮਰਹੂਮ ਆ ਹੁਣ ਚਲੇ ਗਏ ਆ ਉਹ ਇਹ ਮੁੱਦਾ ਚੱਕਦੇ ਰਹੇ ਆ ਸਰ ਮੈਂ ਉਹ ਡਿਬੇਟ ਵਿੱਚ ਮੇਰੇ ਨਾਲ ਡਿਬੇਟ ਵਿੱਚ ਸ਼ਾਮਲ ਹੁੰਦੇ ਰਹੇ ਆ ਸਰ ਜਿਹੜੇ ਪੰਜਾਬੀ ਟੀਚਰਾਂ ਦੀ ਭਰਤੀ ਦਾ ਮਾਮਲਾ ਸੀ ਹੋਰ بڑے ਮਾਮਲੇ ਚੜਾ ਸਾਹਿਬ ਉਹ ਡਿਬੇਟ ਹੋਰ ਪਾਸੇ ਚਲੀ ਜਾਊਗੀ ਇਸ ਕਰਕੇ ਇਸ ਕਰਕੇ ਮੈਂ ਸਿਰਫ ਥੋੜਾ ਜਿਹਾ ਛੂਇਆ ਸੀ ਕਿਉਂਕਿ ਤੁਸੀਂ ਫਲੈਕਸ ਦੀ ਗੱਲ ਕੀਤੀ ਸੀ ਠੀਕ ਹੈ ਉਹਦੇ ਤੇ ਕਿਤੇ ਲੱ ਮੈਂ ਤੁਹਾਨੂੰ ਬੇਨਤੀ ਕਰੂਗਾ ਕਿ ਦਿੱਲੀ ਨੂੰ ਵੀ ਦਿੱਲੀ ਦੀ ਗਲਤੀ ਵੀ ਲੱਗ ਤੋ ਜਰੂਰ ਡਿਬੇਟ ਰੱਖ ਲਿਓ ਉਹਦੇ ਤੇ ਵੀ ਬੁਰਾ ਠੋਕ ਕੇ ਜਵਾਬ ਦੇਵਾਂਗੇ ਪਰ ਅੱਜ ਜਿਹੜੀ ਤੁਸੀਂ 16 ਲੱਖ ਨੌਕਰੀਆਂ ਦੇ ਕੈਪਟਨ ਸਾਹਿਬ ਨੇ ਬੋਰਡ ਲਾਏ ਹੋਏ ਨੇ ਸੋ ਇਹਨਾਂ ਨੌਕਰੀਆਂ ਦੀ ਅਸਲੀਅਤ ਲੱਭਣ ਦੇ ਲਈ ਇੱਕ ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਤਹਿਤ ਸੂਚਨਾ ਡਾਇਰੈਕਟਰ ਰੋਜ਼ਗਾਰ ਦੇ ਕੋਲੋਂ ਲੈਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਈ ਇਹ ਕੌਣ ਦੇ 16 ਲੱਖ ਨੌਕਰੀਆਂ ਤੁਸੀਂ ਕਿੱਥੇ ਦਿੱਤੀਆਂ ਨੇ ਉਹਦਾ ਸੱਚ ਆ ਸਾਹਮਣੇ ਆਇਆ ਕਿ ਉਹਨਾਂ 1629662 ਨੌਕਰੀਆਂ ਜਿਹੜੀਆਂ 31 ਦਸੰਬਰ 2020 ਤੱਕ ਇਹ ਦੇਣ ਦਾ ਕਲੇਮ ਕਰਦੇ ਨੇ ਉਹਨਾਂ ਵਿੱਚੋਂ 997319 ਮਤਲਬ ਕਰੀਬ 10 ਲੱਖ ਤਾਂ ਸਿਰਫ ਇਹਨਾਂ ਨੇ ਉਹਨਾਂ ਨੂੰ ਨੌਕਰੀਆਂ ਕਹੇ ਤਾਂ ਉਹਨਾਂ ਨੂੰ ਰੁਜ਼ਗਾਰ ਕਹੇ ਤਾਂ ਜਿਹੜੇ ਲੋਕਾਂ ਨੇ ਇਹਨਾਂ ਸਾਲਾਂ ਦੇ ਵਿੱਚ ਬੈਂਕਾਂ ਦੇ ਕੋਲੋਂ ਗਵਰਨਮੈਂਟ ਆਫ ਇੰਡੀਆ ਦੀਆਂ ਡਿਫਰੈਂਟ ਸਕੀਮ ਦੇ ਅੰਡਰ ਲੋਨ ਲਏ ਨੇ ਔਰ ਇਹ ਲੋਨ ਕਿਤੇ ਕੈਪਟਨ ਸਾਹਿਬ ਦੇ ਰਾਜ ਚ ਨਵੇਂ ਨਹੀਂ ਸ਼ੁਰੂ ਹੋਏ ਨਾ ਕੈਪਟਨ ਸਾਹਿਬ ਦੇ ਰਾਜ ਬੈਂਕ ਨਵੇਂ ਖੁੱਲੇ ਐ ਇਹ ਲੋਨਸ ਪਹਿਲਾਂ ਵੀ ਲੋਕ ਲੈਂਦੇ ਸੀਗੇ ਬਾਅਦ ਚ ਵੀ ਲੈਂਦੇ ਰਹਿਣਗੇ ਇਹਨਾਂ ਲੋਨਸ ਨੂੰ ਉਹਨਾਂ ਨੇ ਨੌਕਰੀਆਂ ਦਿਖਾਤਾ ਜੇ ਮੰਨ ਲਓ ਕਿਸੇ ਨੇ ਘਰੇ ਦੋ ਮੱਝਾਂ ਖਰੀਦਣ ਲਈ ਲੋਨ ਲੈ ਲਿਆ ਉਹ ਵੀ ਇਹਦੇ ਸ਼ਾਮਲ ਹੋ ਗਿਆ ਕਿਸੇ ਨੇ ਮੱਝਾਂ ਲਈ ਸ਼ੈੱਡ ਪਾਉਣ ਲਈ ਲੋਨ ਲੈ ਲਿਆ ਉਹ ਵੀ ਇਹਦੇ ਸ਼ਾਮਲ ਹੋ ਗਿਆ ਕਿਸੇ ਦਾ ਪਹਿਲਾ ਰੁਜ਼ਗਾਰ ਚੱਲਦਾ ਉਹਦੇ ਵਿੱਚ ਲੌਨ ਲੈ ਲਿਆ ਉਹ ਵੀ ਦੇ ਸ਼ਾਮਿਲ ਹੋ ਗਿਆ ਸੋ 16 ਲੱਖ ਦੇ ਵਿੱਚੋਂ 10 ਲੱਖ ਤੋਂ ਹੋ ਗਿਆ ਜੀ ਇਹ ਇਸ ਤੋਂ ਅੱਗੇ ਚਲੀਏ 569000 ਇਹ ਕਹਿੰਦੇ ਸੀ ਪ੍ਰਾਈਵੇਟ ਨੌਕਰੀਆਂ ਦੇ ਦਿੱਤੀਆਂ ਉਹ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਇਹਨਾਂ ਨੇ ਕੀ ਸ਼ਾਮਿਲ ਕੀਤਾ ਹੋਇਆ ਜਿਹੜਾ ਪ੍ਰਧਾਨ ਮੰਤਰੀ ਸਕਿੱਲ ਡਿਵੈਲਪਮੈਂਟ ਮਿਸ਼ਨ ਤੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਜਿਹਨੂੰ ਕਾਂਗਰਸ ਪਾਰਟੀ ਆਪ ਕਹਿੰਦੀ ਰਹੀ ਹੈ ਕਿ ਇਹ ਫਰਾਡ ਹੈ ਜਿਹਨੇ ਉਹ ਸੈਂਟਰ ਦੇ ਵਿੱਚ ਜਿਹੜੇ ਪਿੰਡਾਂ ਸੈਂਟਰ ਖੁੱਲੇ ਹੋਇਆ ਉਹਦੇ ਵਿੱਚ ਐਡਮਿਸ਼ਨ ਲੈ ਲਿਆ ਟ੍ਰੇਨਿੰਗ ਲੈ ਲਈ ਉਹਨੂੰ ਵੀ ਇਹਨਾਂ ਨੇ ਕਹਿ ਦਿੱਤਾ ਕਿ ਨੌਕਰੀ ਅਸੀਂ ਦੇ ਦਿੱਤੀ ਇਸ ਤਰੀਕੇ ਦੇ ਨਾਲ ਇਹ 16 ਲੱਖ ਦਾ ਫਰਾਡ ਡਾਟਾ ਤਿਆਰ ਕੀਤਾ ਜਿਹੜਾ ਡਾਟਾ ਸਰ ਤੁਸੀਂ ਜਿਹੜਾ ਦਾਅਵਾ ਕਰਦੇ ਹੋ ਆਵਾਦੀ ਪਹਾੜੀ ਤੁਹਾਡੇ ਤੇ ਇਲਜ਼ਾਮ ਲਾ ਰਹੀ ਹੈ ਸਰ ਤੁਸੀਂ ਇਹਨਾਂ ਨੂੰ ਜਵਾਬ ਦੇ ਦਿਓ ਨਾ ਵੈਬਸਾਈਟ ਤੇ ਸਭ ਕੁਝ ਪਾ ਦਿਓ ਆਪੇ ਚੱਪ ਕਰ ਜਾਣਗੇ 10 ਲੱਖ ਦਾ ਡਾਟਾ 5 ਲੱਖ ਦਾ ਡਾਟਾ ਤੁਸੀਂ ਦ ਕਿਉਂ ਨਹੀਂ ਦੱਸਦੇ ਬਈ ਦੇਖੋ ਗੱਲ ਇਹ ਆ ਦੇਖੋ ਗੱਲ ਇਹ ਆ ਇਸ ਆਪ ਬਿਲਕੁਲ ਜਿਹੜੀ ਗੱਲ ਕਰ ਰਹੇ ਨੇ ਇਹ ਸਿਰਫ ਮੋਦੀ ਸਾਹਿਬ ਦਾ ਪ੍ਰਚਾਰ ਕਰਨ ਵਾਸਤੇ ਬੈਠੇ ਨੇ ਮੋਦੀ ਸਾਹਿਬ ਦੀ ਜਿਹੜਾ ਕਹਦੇ ਵੀ ਤਾਂ ਸਕੀਮਾਂ ਹੀ ਮੋਦੀ ਸਾਹਿਬ ਦੀਆਂ ਨੇ ਬਾਕੀ ਤਾਂ ਕੋਈ ਸਕੀਮ ਕਿਸੇ ਦੀ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਬਿਲਕੁਲ ਨਹੀਂ ਕਿਹਾ ਵੀ ਜੀ ਕਰੈਕਟ ਕਰਾਓ ਸਰ ਸਰ ਕਰੈਕਟ ਕਰਾਓ ਇੱਕ ਮਿੰਟ ਕਰੈਕਟ ਕਰਾਓ ਰੋਪੜ ਸਾਹਿਬ ਨਹੀਂ ਬੋਲਣ ਦੇਵਾਂਗੇ ਕਰੈਕਟ ਕਰਾਓ ਰੋਪੜ ਸਾਹਿਬ ਕਰੈਕਟ ਕਰਾਓ ਰੋਪੜ ਸਾਹਿਬ ਮੈਂ ਕਰੈਕਟ ਕਰਾਓ ਇੱਕ ਮਿੰਟ ਟੀਵੀ ਦੇ ਨਹੀਂ ਕੁਝ ਮਰਜ਼ੀ ਬੋਲੀ ਜਾਓ ਰੋਪੜ ਸਾਹਿਬ ਕਰੈਕਟ ਕਰਾਓ ਪਹਿਲਾਂ ਇੱਕ ਮਿੰਟ ਪਹਿਲਾਂ ਕਰੈਕਟ ਕਰਾਓ ਬਿਲਕੁਲ ਨਹੀਂ ਕਹੀ ਗੱਲ ਹੈ ਰੋਪੜ ਸਾਹਿ ਪਾਉਂਦੇ ਵੈਬਸਾਈਟ ਤੇ ਕਿਨੂ ਕਿਨੂ ਕਿਥੇ ਕਿਤੇ ਨੌਕਰੀ ਦਿੱਤੀ ਹੈ ਗੱਲ ਖਤਮ ਕਰੋ ਇਹ ਗੱਲ ਕਰਨ ਦਾ ਹਾਂ ਮੈਂ ਕਹਿੰਦਾ ਸੀ ਪੰਡੀ ਪ੍ਰਚਾਰ ਵੀ ਬੰਦ ਕਰ ਦਾਂਗਾ ਮੌਕਾ ਤਾਂ ਦਿਓ ਨਾ ਗੱਲ ਕਰਨ ਦਾ ਤੇ ਮੈਂ ਕਿਸੇ ਦੀ ਗੱਲ ਚ ਨਹੀਂ ਬੋਲਿਆ ਤੇ ਇਹਨਾਂ ਨੂੰ ਤਕਰੀਫ ਕੀ ਹੈ ਹਾਂ ਬਰਦਾਸ਼ਤ ਦਾ ਮਾਦਾ ਲੈਣ ਇਹਨਾਂ ਨੂੰ ਮੜਾ ਮੜਾ ਮੋਟਾ ਟ੍ਰੇਨਿੰਗ ਤਾਂ ਦਿਓ ਤੁਸੀਂ ਕਿਹਨੇ ਬੋਲੋ 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 ਸੁਵੇਪ ਜੀ ਆਪਣੇ ਮੂੰਹ ਦੇ ਵਿੱਚ ਮਰਜ਼ੀ ਗੱਲ ਕਰੋ ਮੇਰੇ ਮੂੰਹ ਦੇ ਵਿੱਚ ਕੋਈ ਗਲਤ ਗੱਲ ਨਾ ਪਾਓ ਮੈਂ ਮੋਦੀ ਸਾਹਿਬ ਦਾ ਕੋਈ ਪ੍ਰਚਾਰ ਨਹੀਂ ਕੀਤਾ ਆਪਣੀ ਗੱਲ ਰੱਖੋ ਬੋਲੋ ਰੋਪਰ ਸਾਹਿਬ ਬੋਲੋ ਰੋਪਰ ਦੇਖੋ ਗੱਲ ਇਹ ਹੈ ਮੈਂ ਕਿਸੇ ਦੇ ਮੂੰਹ ਚ ਕੋਈ ਗੱਲ ਨਹੀਂ ਪਾਉਂਦਾ ਤੁਹਾਡੀ ਗੱਲ ਜਿਹੜੀ ਹੈਗੀ ਉਹ ਰਿਫਲੈਕਟ ਹੁੰਦੀ ਹੈ ਜੋ ਤੁਸੀਂ ਕਹਿ ਰਹੇ ਹੋ ਵੀ ਜੋ ਬੈਂਕਾਂ ਹੁਣ ਨਹੀਂ ਖੁੱਲੀਆਂ ਬੈਂਕਾਂ ਦਾ ਬੰਦ ਹੋਈਆਂ ਵੀ ਮੰਨਦਾ 28 ਬੈਂਕਾਂ ਤੋਂ 12 ਬੈਂਕਾਂ ਹੋ ਗਈਆਂ ਉਹ ਤਾਂ ਮੈਂ ਵੀ ਮੰਨਦਾ ਜਿਹੜੀਆਂ ਸਰਕਾਰੀ ਸੀਗੀਆਂ ਤੇ ਤੁਸੀਂ ਤਾਂ ਪਰ ਬੈਂਕਾਂ ਦਾ ਪ੍ਰਚਾਰ ਕਰ ਰਹੇ ਹੋ ਬਹੁਤ ਵੱਧ ਕੇ ਤੁਹਾਡਾ ਵਿਭਾਗ ਮੰ ਕਰ ਰਿਹਾ ਮੈਂ ਨਹੀਂ ਕਰ ਰਿਹਾ ਕੈਪਟਨ ਦਾ ਵਿਭਾਗ ਕਰ ਰਿਹਾ ਮੈਂ ਨਹੀਂ ਕਰ ਰਿਹਾ ਕੈਪਟਨ ਦਾ ਵਿਭਾਗ ਕਰ ਰਿਹਾ ਜੋ ਤੁਸੀਂ ਕਹੋਗੇ ਅਸੀਂ ਉਹ ਵੈਬਸਾਈਟ ਤੇ ਵੀ ਪਾ ਦੇਵਾਂਗੇ ਕੋਈ ਚੱਕਰ ਨਹੀਂ ਕੋਈ ਰੋਪੜ ਤੇ ਪਹੁੰਚ ਜਾ ਰਹੇ ਹੋ ਰੋਪੜ ਸਾਹਿਬ ਰੋਪੜ ਸਾਹਿਬ ਵੈਬਸਾਈਟ ਤੇ ਪਹੁੰਚ ਜਾ ਰਹੇ ਹੋ ਜਰੂਰ ਪਾਵਾਂਗੇ ਜਰੂਰ ਪਾਵਾਂਗੇ ਬਿਲਕੁਲ ਪਾਵਾਂਗੇ ਜਿਹੜੀਆਂ ਸਰਕਾਰੀ ਦਿੱਤੀਆਂ ਜਿਹੜੀਆਂ ਪ੍ਰਾਈਵੇਟ ਦਿੱਤੀਆਂ ਸਾਰੀਆਂ ਹੀ ਪਾਵਾਂਗੇ ਕੋਈ ਇਹੋ ਜਿਹੀ ਗੱਲ ਨਹੀਂ ਵੀ ਨਾ ਅਸੀਂ ਪਾਈਗੇ ਦੂਜੀ ਗੱਲ ਨਹੀਂ ਸਰ ਲੈਟ ਮੀ ਕੰਪਲੀਟ ਇੱਥੇ ਇੱਥੇ ਆਪਾਂ ਇਹ ਕਰਕੇ ਚਲੇ ਜਾਣਾ ਨਾ ਮੇਰੇ ਖਿਆਲ ਦੇ ਵਿੱਚ ਵੀ ਇਹ ਸਾਰੀਆਂ ਜਿਹੜੀਆਂ ਸਕੀਮਾਂ ਨੇ ਇਹ ਮੋਦੀ ਜੀ ਦੀਆਂ ਹੀ ਨੇ ਇਹ ਸੈਂਟਰ ਗਵਰਨਮੈਂਟ ਦੀਆਂ ਨੇ ਨਹੀਂ ਨਹੀਂ ਆਪਾਂ ਰੋਪਰ ਸਾਹਿਬ ਇਦਾਂ ਨਾ ਕੁਮਾਈਏ ਸਰ ਸਾਰੀਆਂ ਉਹਨਾਂ ਨੇ ਮੋਦੀ ਸਾਹਿਬ ਦੀਆਂ ਸਕੀਮਾਂ ਨਹੀਂ ਕੀਤੀਆਂ ਉਹਨਾਂ ਨੇ ਸਕਿੱਲਡ ਯੋਜਨਾ ਦੀ ਗੱਲ ਕੀਤੀ ਹੈ ਉਹਦੇ ਉਹਦੇ ਤਹਿਤ ਉਹਨਾਂ ਨੇ ਜ਼ਿਕਰ ਕੀਤਾ ਉਹਨਾਂ ਤੱਕ ਕਿੰਨੀਆਂ ਨੌਕਰੀਆਂ ਮੈਂ ਆ ਰਿਹਾ ਆ ਰਿਹਾ ਰੋਪਰ ਸਾਹਿਬ ਆ ਰਿਹਾ ਆ ਰਿਹਾ ਓਹ ਇਹ ਕਿੰਨੀ ਨੌਕਰੀ ਕਿੰਨੀ ਨੌਕਰੀ ਬਣਾਉਂਦੇ ਨੇ ਪ੍ਰਧਾਨ ਮੰਤਰੀ ਜਿਹੜੀ ਇੱਕ ਮਿੰਟ ਰੋਪਰ ਸਾਹਿਬ ਰੋਪਰ ਸਾਹਿਬ ਠੀਕ ਕਰ ਠੀਕ ਕਰ ਕਾਂਗਰਸ ਪਾਰਟੀ ਦੇ ਬਲਾਰਾ ਸਾਹਿਬ ਦੇ ਕੋਲ ਦੇਣ ਲਈ ਕੋ ਸਹੀ ਜਵਾਬ ਨਹੀਂ ਹੈ ਜੇ ਕਰਕੇ ਗੱਲ ਨੂੰ ਇੱਧਰ ਉੱਧਰ ਘੁਮਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਬਿਲਕੁਲ ਹੀ ਕਿਹਾ ਕਿ ਮੋਦੀ ਸਾਹਿਬ ਦੀਆਂ ਸਮਰਦਾ ਦੇ ਘਟਾਰਿਆ ਸਰ ਰੋਪਰ ਸਾਹਿਬ ਇੱਕ ਮਿੰਟ ਮੈਂ ਗੱਲ ਕਹਿਣੀ ਚਾ ਰਿਹਾ ਕਿ ਨੌਕਰੀ ਤਾਂ ਦਿੱਤੀ ਨਹੀਂ ਹੈ ਚਾਹੇ ਮੋਦੀ ਸਾਹਿਬ ਤੁਸੀਂ ਮੋਦੀ ਸਾਹਿਬ ਚਾਹੇ ਕੈਪਟਨ ਸਾਹਿਬ ਦੀ ਸਕੀਮ ਹੋਵੇ ਕਿਸੇ ਸਕੀਮ ਦੇ ਤਹਿਤ ਕੋਈ ਨੌਕਰੀ ਤਾਂ ਦਿੱਤੀ ਨਹੀਂ ਗਈ ਹੈ ਪਰ ਉਹ ਨਾ ਮਤਲਬ ਕਹਿੰਦਾ ਹੈ ਵੀ ਮੋਦੀ ਪਹਿਲੀ ਗੱਲੇ ਬੋਲੀ ਹੈ ਛੇ ਸੁਣੀ ਨਹੀਂ ਉਹਨਾਂ ਨੇ ਕਿ ਜਿਹੜਾ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਸਕਿੱਲ ਡਿਵੈਲਪਮੈਂਟ ਮਿਸ਼ਨ ਹੈ ਫਰਾਡ ਹੈ ਮੈਂ ਸਭ ਤੋਂ ਪਹਿਲੀ ਗੱਲੇ ਬੋਲੀ ਹੈ ਔਰ ਤੁਸੀਂ ਤੁਹਾਡੀ ਸਰਕਾਰ ਉਸ ਫਰਾਡ ਦੇ ਅੰਕੜਿਆਂ ਨੂੰ ਆਪਣੇ 16 ਲੱਖ ਦੇ ਅੰਕੜਿਆਂ ਸ਼ਾਮਲ ਕਰ ਰਹੀ ਹੈ ਤੁਹਾਡੀ ਸਰਕਾਰ ਕਰ ਰਹੀ ਹੈ ਕੈਪਟਨ ਨਵਿੰਦਰ ਸਿੰਘ ਦੇ ਮਿਸ਼ਨ ਦੇ ਤਹਿਤ ਕਰ ਰਹੀ ਹੈ ਤੁਸੀਂ ਮੋਦੀ ਸਾਹਿਬ ਦੇ ਅੰਕੜਿਆਂ ਨੂੰ 16 ਲੱਖ ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਸੇ ਅਮਲ ਕਰ ਰਹੀ ਹੈ ਮੈਂ ਤਾਂ ਤੁਹਾਨੂੰ ਫਰਾਡ ਕਹਿ ਰਿਹਾ ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲਊਂਗਾ ਬ੍ਰੇਕ ਤੋਂ ਵਾਪਸ ਆਉਂਗਾ ਬ੍ਰੇਕ ਤੋਂ ਵਾਪਸ ਆਉਂਗਾ ਰੋਪੜ ਸਾਹਿਬ ਆਉਂਗਾ ਆਉਂਗਾ ਤੁਹਾਨੂੰ ਦਊਂਗਾ ਮੌਕਾ ਸਰ ਕਾਂਗਰਸ ਨੌਕਰੀ ਵਾਲਾ ਨਾਟਕ ਹੈ ਜਾਣ ਨਾ ਕੋਲੇ ਅੰਕੜੇ ਹੈ ਕਿ ਰੋਪੜ ਸਾਹਿਬ ਕਹਿ ਰਿਹਾ ਕਿ ਅਸੀਂ ਵੈਬਸਾਈਟ ਤੇ ਨਸ਼ਰ ਵੀ ਕਰਨ ਜਾ ਰਹੇ ਹਾਂ ਵੈਬਸਾਈਟ ਤੇ ਨਸ਼ਰ ਹੋ ਜਾਵੇਗਾ ਪਰ ਉਸ ਤੋਂ ਬਾਅਦ ਸਵਾਲ ਇਹ ਹੈ ਕਿ ਬੇਰੁਜ਼ਗਾਰੀ ਪੱਤਾ ਜਿਹੜਾ ਇਹ ਆਰਟੀਆਈ ਦੇ ਤਹਿਤ 42 ਬੇਰੁਜ਼ਗਾਰਾਂ ਨੂੰ ਮਿਲੇਆ ਪੰਜਾਬ ਵਿੱਚ ਬੇਰੁਜ਼ਗਾਰ ਕਿੰਨੇ ਆ ਸਵਾਲ ਤਾਂ ਬਹੁਤ ਕੋਈ ਕੋ ਬੋਚ ਰਹੇ ਆ ਕਿ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਦੇ ਪੁੱਤ ਨੇ ਨੌਕਰੀ ਛੱਡ ਕੌਣ ਕੌਣ ਕਸੂਤਾ ਫਸਾਇਆ ਅਰਸ਼ੂ ਸਿੰਘ ਕਲੇਰ ਜੋ ਡਿਮਾਂਡ ਆਮ ਆਦੀ ਪਾਰਟੀ ਕਰਦੀ ਪਈ ਹੈ ਕਿ ਵੈਬਸਾਈਟ ਤੇ ਨਸ਼ਰ ਕਰੋ ਤੁਹਾਡੇ ਮੁਤਾਬਕ ਵੀ ਇਹ ਹੋਣਾ ਚਾਹੀਦਾ ਹੈ ਨਸ਼ਰ ਕਰ ਸਕਦੀ ਹੈ ਸਰਕਾਰ ਕੇ ਪੀਜੀ ਦੇਖੋ ਆਮ ਆਦਮੀ ਪਾਰਟੀ ਦੀ ਆਪਣੀ ਡਿਮਾਂਡ ਹੈ ਵੈਬਸਾਈਟ ਤੇ ਨਜ਼ਰ ਹੋਣਾ ਚਾਹੀਦਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਪਰ ਸ਼ਰਮਣੀ ਅਕਾਲੀ ਦਲ ਇਹ ਕਹਿੰਦਾ ਕਿ ਧਰਤ ਦੇ ਉੱਤੇ ਨੌਕਰੀ ਮਿਲਣੀ ਚਾਹੀਦੀ ਹੈ ਫਿਕਰਾਂ ਦੀ ਗੇਮ ਨਾ ਖੇਡਣ ਅੱਜ ਜਿਹੜਾ 42 ਦਾ ਵੀ ਆਰਟੀਆ ਮੈਂ ਵੀ ਕਹਿੰਦਾ ਕਿ ਵੀ ਇੱਕ ਫੇਕ ਇਹਨਾਂ ਨੇ ਦਿੱਤੀ ਹੋਣੀ ਨਹੀਂ ਇੱਕ ਵੀ ਬੇਰੁਜ਼ਗਾਰ ਨੂੰ ਬੇਰੁਜ਼ਗਾਰੀ ਪੱਤਾ ਪੰਜਾਬ ਸਰਕਾਰ ਨਹੀਂ ਦਿੱਤਾ 42 ਵੀ ਇਹਨਾਂ ਨੇ ਇੱਕ ਸਕੀਮ ਦੇ ਤਹਿਤ ਲਾਭਪਾਤਰੀ ਆਪ ਕਰੀਏਟ ਕਰ ਲਏ ਹੋਣੇ ਜਿੱਥੇ ਆਉਂਦੀ ਨੌਕਰੀਆਂ ਦੀ ਗੱਲ ਇਹ ਜਿਹੜੇ ਸਕੂਲ ਕਾਲਜਿਸ 'ਚ ਪਹਿਲਾਂ ਹੀ ਪ੍ਰੋਗਰਾਮ ਚੱਲਦੇ ਸੀ ਉਹਨਾਂ ਨੂੰ ਤੁਸੀਂ ਕਹੋ ਕਿ ਪੰਜਾਬ ਸਰਕਾਰ ਨੇ ਆਪਣਾ ਟੈਂਟ ਪ੍ਰੋਵਾਈਡ ਕਰਕੇ ਨੌਕਰੀ ਦਿਵਾਤੀ ਉਹ ਨੌਕਰੀ ਦੀ ਗੱਲ ਇਹ ਐ ਕਿ ਸਰਕਾਰੀ ਨੌਕਰੀ ਕਿੰਨੀ ਮਿਲੀ ਉਹ ਦੱਸਣ 90 ਹਜ਼ਾਰ ਕਰੋੜ ਦਾ ਕਿਸਾਨੀ ਕਰਜ਼ਾ ਮਾਫ਼ ਕਰਨ ਵਾਲੀ ਇਹਨਾਂ ਦੀ ਜਿਹੜਾ ਵਾਅਦਾ ਸਰ ਉਹ ਕਹਿੰਦੇ ਆ ਇੱਕ ਮਿੰਟ ਕਲੀਅਰ ਸਾਹਿਬ ਉਹ ਕਹਿੰਦੇ ਸੀ ਰੋਜ਼ਗਾਰ ਦੀ ਗੱਲ ਕਰਦੇ ਆ ਨੌਕਰੀ ਦੀ ਗੱਲ ਨਹੀਂ ਕਰਦੇ ਕਲੀਅਰ ਸਾਹਿਬ ਕਲੀਅਰ ਸਾਹਿਬ ਕਲੀਅਰ ਸਾਹਿਬ ਉਹ ਕਹਿੰਦੇ ਸੀ ਰੋਜ਼ਗਾਰ ਦੀ ਗੱਲ ਕਰਦੇ ਆ ਨੌਕਰੀ ਦੀ ਗੱਲ ਨਹੀਂ ਕਰਦੇ ਘਰ ਘਰ ਰੋਜ਼ਗਾਰ ਕਿਹਾ ਸੀ ਅਸੀਂ ਉਹ ਇਹ ਕਹਿੰਦੇ ਆ ਕੇ ਪੀਜੀ ਜਦੋਂ ਇਲੈਕਸ਼ਨ ਚੱਲਦੀ ਸੀ 2017 ਦੀ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਫੋਨ ਕਰਦੀ ਹੁੰਦੀ ਸੀ ਬਈ ਤੇਰਾ ਫਾਰਮ ਰਸੀਵ ਹੋ ਗਿਆ ਤੇਰੀ ਨੌਕਰੀ ਪੱਕੀ ਤੁਹਾਡਾ ਕਿੰਨਾ ਕਰਜ਼ਾ ਮੈਂ ਅੱਜ ਸੁਖਦੇਵ ਰੋਪੜ ਸਾਹਿਬ ਤੋਂ ਪੁੱਛਦਾ ਪ੍ਰੋਫੈਸਰ ਮਨਜੀਤ ਸਿੰਘ ਤੋਂ ਪੁੱਛਦਾ ਦਿਨੇਸ਼ ਚੱਡਾ ਤੋਂ ਪੁੱਛਦਾ ਜੱਟ ਨੇ ਕਿਸਾਨ ਨੇ ਜ਼ਿਮੀਦਾਰ ਨੇ ਜਾਂ ਹੋਰ ਕਿਸੇ ਵੀ ਧਰਮ ਦਾ ਕੋਈ ਕਿਸਾਨ ਹੋਵੇ ਉਹਨੇ ਕਦੇ ਅੱਜ ਤੱਕ ਆਪਣਾ ਕਦੇ ਦੱਸਿਆ ਨਹੀਂ ਸੀ ਮੇਰੇ ਸਿਰ ਕਿੰਨਾ ਕਰਜ਼ਾ ਹੈ ਇਹਨਾਂ ਨੇ ਉਹ ਵੀ ਨਿਸ਼ਚਰ ਕਰਤਾ ਕਿ ਇੰਨਾ ਕਰਜਈਏ ਇੰਨਾ ਕਰਜਈਏ जिने सुसाइड ਨੂੰ ਹੋਰ ਪੰਜਾਬ ਦੇ ਵਿੱਚ ਵਾਅਦਾ ਦਿੱਤਾ ਇਹ ਕਰਤੂਤ ਹੈ ਕਾਂਗਰਸ ਦੀ ਔਰ ਪ੍ਰਸ਼ਾਸਨ ਦੀ ਠੀਕ 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 ਪਰ ਇਹਨਾਂ ਨੇ ਕੀਤਾ ਉਸ ਲਈ ਕੁਝ ਨਹੀਂ ਮੈਂ ਫੇਰ ਦੁਬਾਰਾ ਕਹਿਣਾ ਕਿ ਲੋਕਾਂ ਨੂੰ ਧਰਤ ਦੇ ਉੱਤੇ ਪਤਾ ਲੱਗੇ ਵੈਬਸਾਈਟ ਤੇ ਨਸ਼ਰ ਕਰੋ ਠੀਕ ਹੈ ਪਰ ਧਰਤ ਦੇ ਉੱਤੇ ਲੋਕਾਂ ਨੂੰ ਸਕੀਮ ਦਾ ਲਾਭ ਪਹੁੰਚਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਵੀ ਨੌਕਰੀ ਮਿਲੀ ਠੀਕ ਹੈ ਚੜਾ ਸਾਹਿਬ ਇਹ ਵੈਬਸਾਈਟ ਤੇ ਨਸ਼ਰ ਕਰ ਸਕਦੇ ਆ ਇਕੋ ਬੈਪ ਅਸੀਂ ਤਾਂ ਇਹਨਾਂ ਨੂੰ ਬੜਾ ਵਧੀਆ ਮੌਕਾ ਦਿੱਤਾ ਸੀ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਜਿਹੜੇ 16 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਨੇ ਉਹਨਾਂ ਦੇ ਵੇਰਵੇ ਉਹਨਾਂ ਦੇ ਨਾਮ ਪਤੇ ਉਹ ਕਿੱਥੋਂ ਦੇ ਰਹਿਣ ਵਾਲੇ ਐ ਉਹ ਸਾਨੂੰ ਡਿਟੇਲ ਦੇ ਦਿਓ ਅਸੀਂ ਤੁਹਾਨੂੰ 2 ਰੁਪਏ ਪਰ ਪੇਜ ਦੇਣ ਨੂੰ ਤਿਆਰ ਐ ਜੋ ਆਰਟੀਆ ਇੱਕ ਤਹਿਤ ਬਣਦਾ ਪਰ ਇਹਨਾਂ ਨੇ ਬੜਾ ਹਾਸੋ ਹਿਣਾ ਜਵਾਬ ਜਿਹਾ ਭੇਜਤਾ ਕਹਿੰਦੇ ਅਸੀਂ ਇਹ ਜਾਣਕਾਰੀ ਦੇਣ ਦੇ ਨਾਲ ਪ੍ਰਾਈਵੇਸੀ ਵਾਇਲੇਟ ਹੁੰਦੀ ਐ ਜਦ ਤੁਸੀਂ ਘਰਾਂ ਜਾ ਕੇ ਕਾਰਡ ਵੰਡ ਕੇ ਫੋਟੋਆਂ ਲਵਾਈਆਂ ਉਹਨਾਂ ਕੋ ਪ੍ਰਾਈਵੇਸੀ ਤੁਹਾਡੀ ਵਾਇਲੇਟ 42 ਬੇਰੁਜ਼ਗਾਰਾਂ ਦੀ ਔਰ ਲਿਸਟ ਹੈਗੀ ਤੁਹਾਡੇ ਕੋਲੇ 42 ਬੇਰੁਜ਼ਗਾਰ ਉਹਦੇ ਨਾਲ ਵੀ ਕਹਿੰਦੇ ਨਾਮ ਦੇਣ ਦੇ ਨਾਲ ਉਹਨਾਂ ਦੀ ਸਾਡੀ ਪ੍ਰਾਈਵੇਸੀ ਵਾਇਲੇਟ ਹੁੰਦੀ ਹੈ। ਸੋ ਅਸੀਂ ਦਾ ਇਹ ਦਾ ਡਾਟਾ ਆਲਰੇਡੀ ਉਹਦੀ ਵੈਬਸਾਈਟ ਤੇ ਹੋਣਾ ਚਾਹੀਦਾ ਸੀਗਾ। ਇਹ ਤਾਂ ਮਾਨ ਵਾਲੀ ਗੱਲ ਹੈ ਜੇ ਨੌਕਰੀਆਂ ਦਿੱਤੀਆਂ ਨੇ ਵੈਬਸਾਈਟ ਤੇ ਪਾਣ ਕਿਉਂ ਨਹੀਂ ਪਾਦੇ? ਠੀਕ ਠੀਕ। ਰੋਪੜ ਸਾਹਿਬ ਬੜਾ ਬੜਾ ਸੰਜੀਦਾ ਸਵਾਲ ਹੈ ਰੋਪੜ ਸਾਹਿਬ। ਮੈਂ ਸੰਜੀਦਗੀ ਵਾਲਾ ਜਵਾਬ ਵੀ ਤੁਹਾਡੇ ਤੋਂ ਚਾਹਣਾ ਹੈ। ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਪਿਓ ਆਉਂਦੀ ਪਾਰਟੀ ਵਿੱਚ। ਆਪਦੀ ਪਾਰਟੀ ਨੂੰ ਜਾ ਕੇ ਸਾਰੇ ਗੱਲ ਜਰੂਰ ਕਹੋ ਕਿ ਜਿਨ੍ਹਾਂ ਨੂੰ ਤੁਸੀਂ ਰੋਜ਼ਗਾਰ ਦਿੱਤਾ ਜਾਂ ਜਿਨ੍ਹਾਂ ਨੂੰ ਤੁਸੀਂ ਪੱਤਾ ਦਿੱਤਾ ਉਹਨਾਂ ਦੇ ਨਾਮ ਤਾਂ ਨਸ਼ਰ ਕਰੋ ਨਾ ਸਰ ਪਤਾ ਤਾਂ ਲੱ ਦੇਖੋ ਗੱਲ ਇਹ ਹੈ ਕੇ ਪੀਜੀ ਜੇ ਜੀ ਤੁਹਾਡਾ ਸੁਜੈਸ਼ਨ ਹੈ ਮੈਂ ਬਿਲਕੁਲ ਇਸ ਦੇ ਉੱਤੇ ਇਮਾਨਦਾਰੀ ਨਾਲ ਗੱਲ ਕਰੂੰਗਾ ਜੇ ਕੋਈ ਉਹਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਜਰੂਰ ਉਹ ਵੀ ਹੋ ਜਾਊਗਾ ਦੂਜੀ ਗੱਲ ਮੈਂ ਇੱਕ ਨਾ ਕਲੇਰ ਸਾਹਿਬ ਦੀ ਗੱਲ ਦਾ ਜਵਾਬ ਦੇਣਾ ਬੜੀ ਉੱਚੀ ਉੱਚੀ ਬੋਲਦੇ ਮੇਰਾ ਛੋਟਾ ਬੱਚਾ ਹੈ ਬੱਚੇ ਬੱਚਿਆਂ ਵਰਗਾ ਸਾਡਾ ਵੀ ਉਹ ਇੱਕ ਗੱਲ ਕਹਿੰਦੇ ਕਹਿੰਦੇ ਜੀ ਰਾਣੇਂਦਰ ਦੋ ਇਲੈਕਸ਼ਨ ਹਾਰ ਗਿਆ ਤਾਂ ਘਰੇ ਬੈਠ ਗਿਆ ਤਾਂ ਸੁਖਵੀਰ ਸਿੰਘ ਬਾਦਲ ਵੀ ਤਾਂ ਪਾਰਲੀਮੈਂਟ ਦਾ ਇਲੈਕਸ਼ਨ ਹਾਰੇ ਸੀ ਸ਼ਾਇਦ ਇਹ ਭੁੱਲ ਗਏ ਕਲੇਰ ਸਾਹਿਬ ਕਿਉਂਕਿ ਇਹ ਦੋ ਉਮਰ ਉਹਨਾਂ ਦੀ ਨਿਆਣੀ ਹੋ ਕੇ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਇਲੈਕਸ਼ਨ ਹਾਰੇ ਸੀ ਇਸ ਕਰਕੇ ਕੋਈ ਇੱਕ ਇ ਰਣੇਂਦਰ ਹਜੇ ਵੀ ਪੋਲਿਟਿਕਸ ਚ ਐਕਟਿਵ ਹੈ ਔਰ ਐਕਟਿਵ ਰਹਿਣਗੇ ਦੂਜੀ ਗੱਲ ਜਿਹੜੀ ਗੱਲ ਆ ਬਾਕੀ ਇਹ ਗੱਲ ਕਹਿੰਦੇ ਆ ਵੀ ਕਿਸਾਨੀ ਕਰਜ਼ੇ ਦੀ ਅਸੀਂ ਤਾਂ 2 ਲੱਖ ਦਾ ਕਰਜ਼ਾ ਮਾਫ ਕੀਤਾ ਇਹ ਤਾਂ ਕਿਸਾਨਾਂ ਨੂੰ ਨਕਸਲਾਈਟ ਕਹਿੰਦੇ ਸੀ ਜੇ ਮੈਂ ਇਹਨਾਂ ਨੂੰ ਕਿਸੇ ਨੇ ਵਿਆਜ ਤੇ ਪੁੱਛ ਲਿਆ ਵੀ ਵਿਆਜ ਕਿਸਾਨ ਤਾਂ 4% ਮੰਗਦਾ ਜਾਂ 2% ਮੰਗਦਾ ਕਹਿੰਦਾ ਉਹ ਤਾਂ ਕਿਸਾਨ ਹੀ ਨਹੀਂ ਨਕਸਲਾਈਟ ਹੈ ਇਸ ਕਰਕੇ ਇਹ ਅੱਜ ਇਹਨਾਂ ਨੂੰ ਕਿਸਾਨੀ ਦਾ 헤ਜ ਮਾਰਿਆ ਔਰ ਇਹੀ ਅਕਾਲੀ ਦਲ ਚਿੱਠੀ ਲੈ ਲਓ ਚਿੱਠੀ ਲੈ ਲਓ ਚਿੱਠੀ ਲੈ ਲਓ ਕਹਿੰਦਾ ਸੀ ਦਿੱਲੀ ਤੋਂ ਲਿਆ ਕੇ ਵੀ ਆ ਚਿੱਠੀ ਲਓ ਆਲ ਪਾਰਟੀ ਮੀਟਿੰਗ ਕਹਿੰਦੇ ਕਹਿੰਦੇ ਹलो ਐਮਐਸਏ ਦੀ ਚਿੱਠੀ ਰੋਪੜ ਸਾਹਿਬ ਰੋਪੜ ਸਾਹਿਬ ਰੋਪੜ ਸਾਹਿਬ ਕਹਿੰਦਾ ਕੋਈ ਪ੍ਰੋਬਲਮ ਨਹੀਂ ਰੋਪੜ ਸਾਹਿਬ ਇੱਕ ਸਵਾਲ ਜਵਾਬ ਰੋਪੜ ਸਾਹਿਬ ਰੋਪੜ ਸਾਹਿਬ ਅਰੇ ਐਸ ਕਰਕੇ ਆਜਾ ਵਧੀਆ 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 ਰੋਪੜ ਸਾਹਿਬ ਰੋਪੜ ਸਾਹਿਬ ਰੋਪੜ ਸਾਹਿਬ ਇਹ ਹਾਈ ਕਮਾਂਡ ਨੇ ਕਿਹਾ ਇਹਨਾਂ ਨੂੰ ਕਿ ਨੌਕਰੀ ਛੱਡ ਦਿਓ ਤੁਸੀਂ ਜਿਹੜੀ ਕੈਬਨਿਟਰੀ ਪਾਸ ਕੀਤੀ ਹੈ ਜਾਂ ਇਹਨਾਂ ਨੇ ਆਪ ਫੈਸਲਾ ਕੀਤਾ ਦੇਖੋ ਦੇਖੋ ਬੈਕ ਤੁਹਾਨੂੰ ਗੱਲ ਦਾਂ ਕੈਬਿਨੇਟ ਚ ਪਾਸ ਹੋ ਗਿਆ ਕਿਸੇ ਹਾਈ ਕਮਾਂਡ ਨੇ ਨਹੀਂ ਕਿਹਾ ਇਹ ਆਪਣੇ ਵਿਵੇਕਤੇ ਆ ਜੇ ਕਿਸੇ ਨੇ ਛੱਡਤੀ ਉਹਦੇ ਵਿਵੇਕਤੇ ਆ ਉਹ ਜਿਹਨੇ ਨਹੀਂ ਛੱਡੀ ਉਹ ਵੀ ਉਹਦੇ ਤੇ ਵਿਵੇਕਤੇ ਆ ਵੀ ਛੱਡਣੀ ਆ ਕਿ ਨਹੀਂ ਛੱਡਣੀ ਅੱਛਾ ਪ੍ਰਸ ਮਨਜੀਤ ਸਿੰਘ ਸਰ ਸਵਾਲ ਸਾਰਾ ਟਾਈਮਿੰਗ ਦਾ ਸਰ ਬਾਜਵਾ ਪਰਿਵਾਰ ਕਹਿੰਦਾ ਹੈ ਕਿ ਸਾਨੂੰ ਮੋਹਰਾ ਬਣਾਇਆ ਕਿਆ ਸਾਡੇ ਮੋਢੇ ਰੱਖ ਕੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਉਹਨਾਂ ਨੇ মিডিਆ ਨੂੰ ਵੀ ਸਵਾਲ ਕੀਤਾ ਉਹ ਕਹਿੰਦੇ ਵੀ ਉਹਨਾਂ ਦੇ ਬੇਟੇ ਨੇ ਕਿਹਾ ਅਰਜੁਨ ਬਾਜਵੇ ਨੇ ਕਿ ਮੇਰੀ ਕੁਆਲੀਫਿਕੇਸ਼ਨ ਤੁਹਾਨੂੰ ਪਤਾ ਮੈਂ ਕੀ ਕੀਤਾ ਹੋਇਆ ਮੇਰੇ ਬਾਰੇ ਪਤਾ ਸਾਡੇ ਪਰਿਵਾਰ ਬਾਰੇ ਪਤਾ ਕਹਿੰਦੇ ਇਸ ਮੁੱਦੇ ਨੂੰ ਜਾਣ ਬੁੱਝ ਕੇ ਉਛਾਲਿਆ ਗਿਆ ਪ੍ਰਸ ਮਨਜੀਤ ਸਿੰਘ ਨਹੀਂ ਮੇਰਾ ਖਿਆਲ ਹੈ ਕਿ ਜਿਉਂ ਹੀ ਪਹਿਲੀ ਤੇ ਗੱਲ ਇਹ ਹੈ ਕਿ ਬੜਾ ਮੰਨਣ ਵਾਲੀ ਗੱਲ ਬਿਲਕੁਲ ਨਹੀਂ ਲੱਗਦੀ ਕੇਪੀ ਸਿੰਘ ਕਿ ਕਿਸੇ ਨੂੰ ਨੌਕਰੀ ਦੇਣੀ ਹੋਵੇ ਔਰ ਉਹਨਾਂ ਨਾਲ ਗੱਲੇ ਹੀ ਨਾ ਹੋਈ ਹੋਵੇ ਕਿ ਯਾਨੀ ਚੁੱਪ ਕਰਕੇ ਉਹਨਾਂ ਦੇ ਘਰ ਚ ਜਾ ਕੇ ਲੈਟਰ ਆਫ ਅਪੁਆਇੰਟਮੈਂਟ ਪਹੁੰਚਾਤੀ ਹੋਵੇ ਇਹ ਬੜੀ ਅਜੀਬ ਜੀ ਗੱਲ ਹੈ ਕਿ ਮੰਨਣ ਵਾਲੀ ਗੱਲ ਨਹੀਂ ਲੱਗਦੀ ਜੇ ਉਹਨਾਂ ਨੇ ਮੰਨਿਆ ਹੋ ਤੇ ਕੈਬਨਿਟ ਨੇ ਪਾਸ ਕੀਤਾ ਹੋ ਜੇ ਕੈਬਨਿਟ ਨੇ ਪਾਸ ਕਰੇ ਹੀ ਦਿੱਤਾ ਭੀ ਲੈ ਕੈਬਨਿਟ ਦੀ ਅਕਲ ਦੇਖ ਲਓ ਤੁਸੀਂ ਆ ਜਿਹੜੀ ਗੱਲ ਰੋਪੜ ਸਾਹਿਬ ਸਮਝਦੇ ਆ ਹਮਾ ਤੁਮਾ ਤੁਸੀਂ ਸਾਰੇ ਅਸੀਂ ਸਮਝਦੇ ਆ ਕਿ ਬਹੁਤ ਗਲਤ ਮੌਕੇ ਤੇ ਜਦੋਂ ਇੰਨਾ ਕਮਾਂਸਾਨ ਦਾ ਯੁੱਧ ਚੱਲ ਰਿਹਾ ਇਹ ਕੰਮ ਨਹੀਂ ਕਰਨਾ ਚਾਹੀਦਾ ਸਾਡੇ ਨੌਜਵਾਨ ਟੈਂਕੀਆਂ ਤੇ ਚੜ੍ਹੇ ਆ ਉਹ ਬੱਚੀਆਂ ਜਿਹੜੀਆਂ ਰੋਜ਼ ਸਕੂਲ ਐਜੂਕੇਸ਼ਨ ਬੋਰਡ ਦੇ ਸਾਹਮਣੇ ਮੈਂ ਖੁਦ ਉਹ ਰੈਲੀ ਨੂੰ ਅਡਰੈਸ ਕਰਕੇ ਆ ਕਿਵੇਂ ਹਤਾਚ ਹੋਈਆਂ ਆ ਬੜਾ ਮੁਝੇ ਇੱਕਨੇ ਸਲਫਾਸ ਵੀ ਖਾਂਦਾ ਨੌਕਰੀਆਂ ਲਈ ਆ ਕਾਦੇ ਲਈ ਆ ਤੇ ਤੁਸੀਂ ਆਪਣਿਆਂ ਨੂੰ ਨੌਕਰੀ ਐਸੋ 35 ਸਾਲਾਂ ਬਾਅਦ ਦੋਗੇ ਤੇ ਉਹਦਾ ਹਸ਼ਰ ਕੀ ਹੋਊਗਾ ਤੇ ਪਤਾ ਸੀ ਤੇ ਕੈਬਨਟ ਨੇ ਵੀ ਕੀ ਕਲੈਕਟਿਵ ਗਲਤੀ ਕੀਤੀ ਹੈ ਕਹੋ ਜੀ ਕੈਬਨਟ ਹੈ ਇਹ ਤੇ ਸਾਰੀ ਕੈਬਨਟ ਕੈਬਨਟੀ ਉਹਦੇ ਚ ਸਵਾਲੀਆ ਚਿੰਨ ਖੜਾ ਹੁੰਦਾ ਦੂਜੀ ਗੱਲ ਜਦੋਂ ਇਹ ਅਨਾਉਂਸ ਹੋ ਗਿਆ ਜੇ ਗਲਤ ਸੀ ਤੇ ਜਿਹੜਾ ਫਤਿਹਜੰਗ ਬਾਜਬਾਨ ਨੂੰ ਤੁਰੰਤ ਉਸੇ ਵੇਲੇ ਵਿਦਨ ਮਿੰਟਸ ਕਹਿੰਦਾ ਜੇ ਮੈਨੂੰ ਇਹੋ ਜੀ ਨੌਕਰੀ ਦੀ ਕੋਈ ਲੋੜ ਨਹੀਂ ਆ ਨਾ ਮੇਰੇ ਮੁੰਡੇ ਦੀ ਲੋੜ ਆ ਉਹ ਤੇ ਦੂਜਿਆਂ ਦੀਆਂ ਨੌਕਰੀਆਂ ਚੇਅਰਮੈਨੀਆਂ ਦਿਨਾਉਣ ਲੱਗੇ ਹੋਇਆ ਪੀ ਇਹ ਜੇ ਕੋਈ ਹੋਇਆ ਕੋਈ ਵੱਡੀ ਗੱਲ ਨਹੀਂ ਏ ਇਹਦੇ ਪਾਰਟੀਆਂ ਦਾ ਕਲਚਰ ਹੀ ਆ ਆਪਣਿਆਂ ਨਹੀਂ ਦਿੰਦੇ ਹੁੰਦੇ ਉਹ ਦੂਜਿਆਂ ਨੂੰ ਜਨਤਾ ਨੂੰ ਥੋੜੀ ਦਿੰਦੇ ਹੁੰਦੇ ਆ ਇਹ ਉਹਦੀ ਜਸਟੀਫਿਕੇਸ਼ਨ ਦੇ ਰਹੇ ਆ ਇਸ ਲਈ ਇਹਦੇ ਚ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤੀ ਗੱਲ ਚੰਗੀ ਹੋਈ ਆ ਨਾ ਕੈਬਨਿਟ ਵੱਲੋਂ ਨਾ ਕੈਪਟਨ ਸਾਹਿਬ ਵੱਲੋਂ ਤੇ ਜਿਨ੍ਹਾਂ ਨੇ ਰਿਸਪੌਂਡ ਕਰਨਾ ਸੀ ਤੁਰੰਤ ਪਾਂਡੇ ਜੀ ਨੇ ਜਿਹਨੀ ਨੌਕਰੀ ਨੂੰ ਮਨਾਂ ਕੀਤਾ ਤੇ ਜੇ ਇੰਨਾ ਹੀ ਉਹਨਾਂ ਨੂੰ ਲੱਗਦਾ ਕਿ ਵਾਧੂ ਗਲਤ ਕੰਮ ਹੋ ਰਿਹਾ ਹੈ ਤਾਂ ਉਹ ਵੀ ਉਹ ਵੀ ਪ੍ਰਸ ਮਜੀਤ ਸਿੰਘ ਜੀ ਸਰ ਆਖਰੀ ਸਵਾਲ ਕਰਨਾ ਚਾਹੁੰਦਾ ਸਰ ਇਸ ਵਿਵਾਦ ਦੇ ਨਾਲ ਇਸ ਮੁੱਦੇ ਦੇ ਨਾਲ ਕਿ ਜਿਹੜੇ ਪੰਜਾਬ ਚ ਬਾਕੀ ਬੇਰੋਜ਼ਗਾਰ ਹੈਗੇ ਆ ਕਿ ਉਹਨਾਂ ਦਾ ਮਸਲਾ ਕੋਈ ਹੱਲ ਹੋ ਸਕਦਾ ਹੈ ਜਿਵੇਂ ਪੈਰਾ অলਪਿਕ ਵਾਲਾ ਮਾਮਲਾ ਉੱਠਿਆ ਪੁਲਿਸ ਨੇ ਖਿੱਚਦੂ ਕੀਤੀ ਕੈਪਟਨ ਸਾਹਿਬ ਦਾ ਵੀਡੀਓ ਆ ਗਿਆ ਉਹਨਾਂ ਨਾਲ ਗੱਲਬਾਤ ਕਰਦੇ ਪਿਆ ਕਹਿੰਦੇ ਅਗਲੀ ਕੈਬਨਟ ਵਿੱਚ ਅਸੀਂ ਤੁਹਾਡੇ ਲਈ ਪਾਲਿਸੀ ਲੈ ਕੇ ਆਵਾਂਗੇ ਕਿ ਪੰਜਾਬ ਦੇ ਬਾਕੀ ਬੇਰੋਜ਼ਗਾਰਾਂ ਦੀ ਸੁਣੀ ਜਾਊਗੀ ਪ੍ਰਸ ਮਜੀ ਐਪੀ ਸਿੰਘ ਮੈਂ ਬਿਲਕੁਲ ਬਰੀਫ ਸਿੱਖਾ ਦੇਣਾ ਜੋ ਪੰਜਾਬ ਦਾ ਮਾਹੌਲ ਉਬਾਲੇ ਖਾਰਿਆ ਇਹ ਰਾਜਨੀਤਿਕ ਪਾਰਟੀਆਂ ਇਤਕੀ ਕੈਂਪੇਨ ਤੇ ਜਾਣ ਸਹੀਂ ਪਿੰਡਾਂ ਤੇ ਮਹੱਲਿਆਂ ਦੇ ਵਿੱਚ ਉਹ ਪੁੱਛਣਗੇ ਸਾਰੇ ਜੋ ਜੋ ਭਾਜੀਪੀ ਦਾ ਕੱਲੀ ਕਲੀ ਪਾਰਟੀ ਦੇ ਲੀਡਰ ਦਾ ਹੋਊਗਾ ਉਹ ਕਹਿਣਗੇ ਜਵਾਬ ਦੇ ਉਹ ਹਿਸਾਬ ਤੋਂ ਬੜਾ ਚੇਰ ਹੋ ਗਿਆ 75 ਸਾਲ ਹੋ ਗਏ ਆ ਕੱਲਾ ਨੌਕਰੀਆਂ ਦਾ ਨਹੀਂ ਹਰ ਗੱਲ ਦਾ ਲੋਕ ਜਵਾਬ ਮੰਗਣਗੇ ਔਰ ਇਹ ਇੱਕ ਕੈਂਪੇਨ ਆਲਰੇਡੀ ਵੱਡੇ ਪੱਧਰ ਤੇ ਚੱਲਣੀ ਸ਼ੁਰੂ ਹੋ ਗਈ ਹੈ ਲੋਕ ਇਤਕੀ ਕੱਲਾ ਇਹ ਜਾ ਕੇ ਵੱਡੇ ਵੱਡੇ ਵਾਅਦੇ ਕਰਕੇ ਝੂਠੇ ਝੂਠ ਸਾਥ ਚ ਬੋਲ ਕੇ ਵੋਟਾਂ ਤੇ ਜਾਣੇ ਨੂੰ ਕੰਪੇਨ ਕਰ ਨਹੀਂ ਦੇਣਗੇ ਉਹ ਲਾਜਮੀ ਇਸ ਗੱਲ ਦੀ ਰਜਿਸਟ੍ਰੈਂਸ ਪੈਦਾ ਹੋਊਗੀ ਔਰ ਇਹਨਾਂ ਨੂੰ ਫੇਸ ਕਰਨਾ ਪਊਗਾ ਚਲੋ ਬਹੁਤ ਧੰਨਵਾਦ ਰਸਮ ਜੀ ਇਸ ਨੇ ਤੁਹਾਡਾ ਸਦਸਿਆਂ ਦੇ ਉੱਪਰ ਤੁਹਾਡਾ ਬਹੁਤ ਧੰਨਵਾਦ ਦਿਨੇਸ਼ ਜੜਾ ਤੁਹਾਡਾ ਬਹੁਤ ਧੰਨਵਾਦ ਅਰਸ਼ੀਦ ਸਿੰਘਲੇ ਤੁਹਾਡਾ ਬਹੁਤ ਧੰਨਵਾਦ ਅ ਨੌਕਰੀ ਦਾ ਮੁੱਦਾ ਬਹੁਤ ਵੱਡਾ ਹੁੰਦਾ ਜਦੋਂ ਕਿਸੇ ਸਮਾਜ ਦਾ ਪ੍ਰੋਇਕਟਾ ਹੁੰਦਾ ਤਾਂ ਰੋਜ਼ਗਾਰ ਹੁੰਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਪਰ ਇਹ ਸਿਆਸੀ ਗਲੇਸ਼ ਪਿਆ ਇਹ ਸਿਆਸੀ ਡਰਾਮੇ ਕੀਤੇ ਜਾ ਰਹੇ ਆ ਵਿਰੋਧੀ ਇਹ ਕਹਿ ਰਹੇ ਆ ਪਰ ਇਸ ਸਭ ਦੇ ਵਿਚਾਲੇ ਪੰਜਾਬ ਦੀ ਜਵਾਨੀ ਪੰਜਾਬ ਦੇ 3 ਪੁੱਤੇ ਸਵਾਲ ਕਰਦੇ ਪਏ ਜਿਹੜੇ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਕਦੋਂ ਪੂਰੇ ਕਰੋਗੇ ਤੇ ਇਹਨਾਂ ਵਾਦਿਆਂ ਤੇ ਹਮੇਸ਼ਾ ਸਵਾਲ ਆ ਭਾਈ ਭਤੀਜਾਵਾਦ ਵਾਲੇ ਸਵਾਲ ਉੱਠਦੇ ਪਏ ਆ ਪਰ ਇਹਨਾਂ ਦੇ ਵਿਚਾਲੇ ਪੰਜਾਬ ਦੇ ਨੌਜਵਾਨ ਨੂੰ ਰੁਸਕਾਰ ਚਾਹੀਦਾ ਨੌਕਰੀ ਚਾਹੀਦੀ ਹੈ ਤੇ ਉਹ ਵਾਰ-ਵਾਰ ਸਵਾਲ ਲੱਕ ਕੇ ਸਰਕਾਰ ਤੇ ਅਕੀ ਸਵਾਲ ਕਰਤੀ ਪਏ ਆ ਤੇ ਇਹ ਜਵਾਨੀ ਜਦੋਂ ਸਵਾਲ ਕਰਦੀ ਆ ਤੇ ਫਿਰ ਚੋਣਾਂ ਵਿੱਚ ਜਵਾਬ ਦੇਣੇ ਪੈਣਗੇ ਪਰ ਅਸਮੰਜੀਸ ਨੇ ਅਖੀਰ ਵਿੱਚ ਕਿਹਾ ਜਵਾਬ ਤਾਂ ਪੰਜਾਬ ਦਾ ਹਰ ਬਸ਼ਿੰਦਾ ਮੰਗੇਗਾ ਪੰਜਾਬ ਦਾ ਹਰ ਵੋਟਰ ਮੰਗੇਗਾ ਜਦੋਂ ਤੁਸੀਂ ਵੋਟਾਂ ਮੰਗਣ ਜਾਓਗੇ ਪੰਜਾਬ ਇਹ ਮੁੱਦੇ ਪੁੱਲੇਗਾ ਨਹੀਂ ਅਸੀਂ ਫੋਕਸ ਪੰਜਾਬ ਕਰਦੇ ਆਂ ਨਾ ਕਿ ਕਾਂਗਰਸ ਦਾ ਕਲੇਸ਼ ਫੋਕਸ ਕਰਦੇ ਬਹੁਤ ਧੰਨਵਾਦ